ਸਤਿ ਸ਼੍ਰੀ ਅਕਾਲ ਜੀ, ਸਵਾਗਤ ਜੀ ਆਇਆਂ ਨੂੰ, ਸਾਰੇ ਦਰਸ਼ਕਾਂ ਦਾ। ਮੈਂ ਤੁਹਾਡਾ ਦੋਸਤ ਕੁਲਦੀਪ ਤੁਹਾਡਾ ਖਾਸ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਸੋ ਗੱਲਬਾਤ ਕਰਾਂਗੇ ਸਟੂਡੈਂਟ ਵੀਜ਼ਾ ਦੇ ਬਾਰੇ। ਤੁਹਾਡੇ ਸਵਾਲ ਜਿਹੜੇ ਸਾਡੇ ਤੱਕ ਪਹੁੰਚਦੇ ਨੇ ਉਹਨਾਂ ਦਾ ਜਿਹੜਾ ਜਵਾਬ ਲਿਆ ਜਾਏਗਾ। ਐਕਸਪਰਟਸ ਨੂੰ ਜਿਹੜਾ ਅੱਜ ਬੁਲਾਇਆ ਗਿਆ ਉਹਨੇ ਐਜੂਕੇਸ਼ਨ ਐਬਰੋਡ ਕੰਸਲਟੈਂਟਸ ਤੋਂ, ਜਤਿੰਦਰ ਸਿੰਘ ਜੀ। ਸੋ ਪਹਿਲਾਂ ਸਵਾਗਤ ਕਰ ਲਈਏ, ਫਿਰ ਉਸ ਤੋਂ ਬਾਅਦ ਗੱਲਬਾਤ ਜਿਹੜੀ ਸ਼ੁਰੂ ਕਰਾਂਗੇ। ਜਤਿੰਦਰ ਜੀ, ਬਹੁਤ ਬਹੁਤ ਸਵਾਗਤ। ਧੰਨਵਾਦ ਕੁਲਦੀਪ ਜੀ। ਸੋ ਯੂਕੇ ਦੀ ਆਪਾਂ ਗੱਲ ਕਰਦੇ ਹਾਂ ਨਾ, ਹਰੇਕ ਵਾਰੀ ਪਿਛਲੇ ਪ੍ਰੋਗਰਾਮਸ ਵੀ ਜਿਹੜੇ ਬੱਚੇ ਆਪਣੇ ਦੇਖਦੇ ਨੇ ਜਾਂ ਯੂਟਿਊਬ 'ਤੇ ਜਾਂ ਫੇਸਬੁੱਕ ਜ਼ਰੀਏ ਤੁਹਾਡੇ ਨਾਲ ਅਟੈਚ ਨੇ, ਕਾਫੀ ਅੱਜ ਕੱਲ੍ਹ ਯੂਕੇ ਨੂੰ ਪ੍ਰਮੋਟ ਕੀਤਾ ਜਾ ਰਿਹਾ, ਕਾਫੀ ਚੀਜ਼ਾਂ ਤੁਹਾਡੇ ਵੱਲੋਂ ਕਲੀਅਰ ਵੀ ਕੀਤੀਆਂ ਜਾਂਦੀਆਂ ਨੇ ਕਿ ਬੱਚਾ ਅੱਜ ਕਿਉਂ ਡਰ ਰਿਹਾ, ਅੱਜ ਕਿਉਂ ਜਿਹੜਾ ਕੰਸਲਟੈਂਟ ਰਿਜੈਕਸ਼ਨ ਦੀ ਗੱਲ ਕਰ ਰਿਹਾ, ਕਿਉਂ ਪੈਕੇਜ ਹੁਣੇ ਬੰਦ ਹੋ ਗਏ, ਜਾਂ ਕੀ ਕਾਰਨ ਰਿਹਾ ਕਿ ਅੱਜ ਅੰਬੈਸੀ ਵੱਲੋਂ ਜਿਹੜੀ ਇੱਕ ਥੋੜ੍ਹੀ ਜਿਹੀ ਸਟ੍ਰਿਕਟਨੈਸ ਕੀਤੀ ਗਈ। ਮਾਫੀ ਚਾਹ ਕੁਲਦੀਪ ਜੀ, ਮੈਂ ਟੋਕ ਰਿਹਾ, ਮੈਨੂੰ ਗੱਲ ਯਾਦ ਆ ਗਈ ਕਿ ਜਿਹੜੇ ਰਿਜੈਕਸ਼ਨ ਦਾ ਜਿਹੜਾ ਡਰਾਵਾ ਜ਼ਿਆਦਾ ਪੈ ਰਿਹਾ ਨਾ, ਉਹ ਉਹਨੇ ਕੰਸਲਟੈਂਟ ਵੱਲੋਂ ਜ਼ਿਆਦਾ ਪੈ ਰਿਹਾ ਜਿਹੜੇ ਏਜੰਟ ਪੈਕੇਜ ਕਰਦੇ ਸੀ। ਜਿਹੜੇ ਨੋਰਮਲ ਸਟੈਪ ਬਾਏ ਸਟੈਪ ਕੋਈ ਬੱਚਾ ਪੇਮੈਂਟ ਕਰ ਰਿਹਾ, ਆਪਣੀ ਕੰਸਲਟੈਂਸੀ ਫੀਸ ਲੈ ਕੇ ਕੰਮ ਕਰ ਰਹੇ ਨੇ, ਉਸ ਏਜੰਟ ਦੀ ਨਾ ਤਾਂ ਰਿਜੈਕਸ਼ਨ ਕੋਈ ਆਈ ਹੈ, ਜੇ ਅਸੀਂ ਆਪਣੀ ਗੱਲ ਕਰੀਏ ਸਾਡੀ ਕੋਈ ਰਿਜੈਕਸ਼ਨ ਨਹੀਂ ਆਈ। ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ, ਸਾਡੇ ਆਫਿਸ ਆ ਕੇ ਤੁਸੀਂ ਚੈੱਕ ਕਰ ਸਕਦੇ ਹੋ, ਕੋਈ ਇਸ਼ੂ ਨਹੀਂ ਹੈਗਾ, ਸਾਨੂੰ ਬੱਚਿਆਂ ਨਾਲ ਕਾਲ 'ਤੇ ਗੱਲ ਕਰ ਸਕਦੇ ਹੋ ਜੀ। ਜਿਹੜੇ ਏਜੰਟ ਪੈਕੇਜ ਕਰਦੇ ਸੀ ਮੋਸਟਲੀ ਰਿਜੈਕਸ਼ਨ ਦਾ ਰੌਲਾ ਵੀ ਉਹਨਾਂ ਵੱਲੋਂ ਪਾਇਆ ਜਾ ਰਿਹਾ। ਜਦੋਂ ਇੱਕ ਬੱਚੇ ਨੇ ਕੁਲਦੀਪ ਜੀ ਫੰਡ ਸ਼ੋਅ ਕਰਤੇ ਜੀ, ਫੰਡ ਬੱਚੇ ਨੇ 20 ਲੱਖ ਦੇ ਸ਼ੋਅ ਕਰਤੇ, ਬੱਚਾ ਜਾ ਕੇ ਉੱਥੇ ਯੂਕੇ ਉੱਤਰਦਾ, ਮੈਨੂੰ ਲੱਗਦਾ ਮੈਂ ਇੱਕ ਦੋ ਵਾਰ ਪਹਿਲਾਂ ਵੀ ਐਗਜ਼ਾਮਪਲ ਦਿੱਤੀ ਇੱਦਾਂ ਦੀ, ਯੂਕੇ ਉੱਤਰਦਾ ਬੱਚਾ ਅਤੇ ਬੱਚੇ ਦੇ ਫੰਡ, ਬੱਚੇ ਦੇ ਕੈਸ਼ ਦੇਖਿਆ ਜਾਂਦਾ ਕਈ ਵਾਰੀ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ, ਕੈਸ਼ 'ਤੇ ਤੁਹਾਡੀ ਫੀਸ ਗਈ ਨਹੀਂ ਹੋਈ, ਫੰਡ ਤੁਸੀਂ ਸ਼ੋਅ ਕੀਤੇ ਆ, ਤੁਹਾਡੇ ਕੋਲ ਫੰਡ 'ਤੇ ਤੁਸੀਂ ਫੀਸ ਭਰੀ ਕਿਉਂ ਨਹੀਂ ਜੀ? ਸਿੱਧਾ ਜਿਹਾ ਕੁਸ਼ਚਨ ਹੈ, ਕੁਸ਼ਚਨ ਦਾ ਆਨਸਰ ਬਣਦਾ ਵੀ ਨਹੀਂ ਬੱਚੇ ਕੋਲ, ਉੱਦਾਂ ਦੇ ਬੱਚਿਆਂ ਦੇ ਬੈਨ ਹੋਣੇ ਸਟਾਰਟ ਹੋ ਜਾਂਦੇ ਆ। ਸੋ ਬੱਚਿਆਂ ਦਾ ਕੁਸ਼ਚਨ ਵੀ, ਉਹਨਾਂ ਬੱਚਿਆਂ ਦੇ ਅੰਬੈਸੀ ਦੇ ਇੰਟਰਵਿਊ ਵੀ ਆਉਂਦੇ ਆ, ਤੁਸੀਂ ਫੀਸ ਕਿਉਂ ਨਹੀਂ ਪੇ ਕੀਤੀ, ਬਿਨਾਂ ਫੀਸ ਤੋਂ ਕੈਸ਼ ਕਿਉਂ ਲਿਆ, ਜਾਂ ਜਿਹੜੀ ਆਪਾਂ ਯੂਨੀਵਰਸਿਟੀ ਦੀ ਫੀਸ ਹੈ 14-15 ਹਜ਼ਾਰ ਪਾਉਂਡ ਸਾਲ ਦੀ, ਤੁਸੀਂ 1000 ਪਾਉਂਡ ਭਰ ਕੇ ਕੈਸ਼ ਲੈਣਾ, ਤੁਸੀਂ 20-25 ਲੱਖ ਅਕਾਊਂਟ 'ਚ ਸ਼ੋਅ ਕਰੀ ਜਾਂਦੇ ਹੋ, ਉਸ ਚੀਜ਼ 'ਤੇ ਵੀ ਇੰਟਰਵਿਊ ਆ ਸਕਦਾ ਕਿ ਤੁਹਾਡੇ ਕੋਲ ਪੈਸੇ ਜਦੋਂ ਪਏ ਆ ਤੁਸੀਂ ਪੇ ਕਿਉਂ ਨਹੀਂ ਕਰ ਰਹੇ ਜੀ? ਠੀਕ ਹੈ ਨਾ ਜੀ? ਇਹ ਕਾਫੀ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਕਰਕੇ ਬੱਚੇ ਨੂੰ ਜਿਹੜਾ ਚੱਕਰ 'ਚ ਪੈ ਰਿਹਾ, ਤਾਂ ਹੀ ਕਿਤੇ ਨੇ ਤੁਹਾਡੀ ਗੱਲ ਸੁਣੋ ਵੀ ਜਿਹੜੇ ਏਜੰਟ ਨੇ ਪੈਕੇਜ ਵਾਲੇ ਉਹਨਾਂ ਵੱਲੋਂ ਹੀ ਜ਼ਿਆਦਾ ਅਫਵਾਹ ਫੈਲਾਈ ਜਾਂਦੀ ਹੈ ਕਿ ਜਿਹੜੇ ਵੀਜ਼ੇ ਨੇ ਉਹ ਰਿਜੈਕਟ ਹੋਣੇ ਸ਼ੁਰੂ ਹੋ ਗਏ। ਸੋ ਯੂਕੇ ਕਿਸੇ ਤਰੀਕੇ ਦੀ ਕੋਈ ਸਖਤਾਈ ਨਹੀਂ ਹੈਗੀ, ਬੇਸ਼ੱਕ ਇੰਗਲਿਸ਼ ਲੈਂਗੁਏਜ 10 ਨੰਬਰ ਵਧੇ ਨੇ, ਪਰ ਜੇਕਰ ਯੂਨੀਵਰਸਿਟੀ ਤੁਹਾਡੀ ਅਸੈਸਮੈਂਟ ਕਰਦੀ ਹੈ, ਤੁਹਾਡਾ ਸੈਲਟ ਲੈਂਦੀ ਹੈ, HLA ਲੈਂਦੀ ਹੈ, ਜਾਂ ਜੇ ਵਿਦਾਊਟ ਉਹਦੇ ਵੀ ਤੁਹਾਡੇ ਕੈਸ਼ ਲੈਟਰ 'ਤੇ ਯੂਨੀਵਰਸਿਟੀ ਮੈਂਸ਼ਨ ਕਰਕੇ ਦੇ ਰਹੀ ਹੈ, ਤਾਂ ਤੁਹਾਡੇ 10 ਨੰਬਰ ਐਡ ਹੋਣਗੇ। ਇਹ ਨਹੀਂ ਕਿ ਤੁਹਾਡੇ ਰਿਫਿਊਜ਼ਲ ਆਉਣੇ ਸ਼ੁਰੂ ਹੋ ਜਾਣਗੇ। ਹੋਪਸੋ ਤੁਹਾਨੂੰ ਜਲਦੀ ਹੀ ਅਸੀਂ ਜਿਹੜੇ ਨਵੇਂ ਰੂਲਸ ਦੇ ਅਕੋਰਡਿੰਗ ਜਿਹੜੀ ਅਸੀਂ ਫਾਈਲਸ ਆਲਰੇਡੀ ਸਬਮਿਸ਼ਨ ਕਰ ਚੁੱਕੇ ਹਾਂ, ਜਿਹੜੇ ਬੱਚਿਆਂ ਦੇ ਨਵੇਂ ਰੂਲਸ ਦੇ ਅੰਡਰ ਵੀਜ਼ਾ ਲੱਗਣਗੇ ਕੁਲਦੀਪ ਜੀ, ਉਹ ਬੱਚਿਆਂ ਨੂੰ ਤੁਹਾਨੂੰ ਜਲਦੀ ਤੋਂ ਜਲਦੀ ਰੂਬਰੂ ਕਰਾਇਆ ਜਾਊਗਾ ਜੀ। ਬਿਲਕੁਲ। ਸੋ ਕੋਸ਼ਿਸ਼ ਕਰਾਂਗੇ ਉਹ ਬੱਚਿਆਂ ਦੀ ਪ੍ਰੋਫਾਈਲ ਇਸ ਮੰਚ ਦੇ ਜ਼ਰੀਏ ਵੀ ਦਿਖਾਈ ਜਾਏ, ਉਹ ਬੱਚਿਆਂ ਨੂੰ ਮਿਲਾਇਆ ਜਾਏ ਜਿਨ੍ਹਾਂ ਦੇ ਵੀਜ਼ਾ ਆਉਂਦੇ ਨੇ। ਬਾਕੀ ਫੇਸਬੁੱਕ ਪੇਜ ਜਿਹੜਾ ਐਜੂਕੇਸ਼ਨ ਅਬਰੋਡ ਕੰਸਲਟੈਂਟ ਦਾ, ਉੱਥੇ ਜਾ ਕੇ ਵੀ ਤੁਸੀਂ ਲੱਗੇ ਹੋਏ ਵੀਜ਼ੇ ਦੇਖ ਸਕਦੇ ਹੋ, ਇੰਸਟਾਗ੍ਰਾਮ 'ਤੇ ਵੇਖ ਸਕਦੇ ਹੋ, ਯੂਟਿਊਬ 'ਤੇ ਦੇਖ ਸਕਦੇ ਹੋ, ਹਰ ਇੱਕ ਜਿਹੜਾ ਪਲੇਟਫਾਰਮ ਉੱਥੇ ਜਿਹੜੇ ਤੁਹਾਡੀ ਸੇਵਾ ਦੇ ਲਈ ਜਾਂ ਤੁਹਾਡੀ ਮਦਦ ਦੇ ਲਈ ਐਜੂਕੇਸ਼ਨ ਅਬਰੋਡ ਕੰਸਲਟੈਂਟ ਹਰ ਜਗ੍ਹਾ 'ਤੇ ਹੈ। ਸੋ ਜਿਹੜੇ 10 ਨੰਬਰ ਹੁਣ ਨਵੇਂ ਰੂਲਸ ਦੇ ਮੁਤਾਬਕ ਅੰਗਰੇਜ਼ੀ ਦੇ ਪੁਆਇੰਟ ਜਿਹੜੇ ਵਧਾਏ ਗਏ ਨੇ, ਸੋ ਇੱਕ ਬੱਚੇ ਨੇ ਜੇਕਰ ਆਇਲਸ ਨਹੀਂ ਕੀਤੀ ਤਾਂ ਉਹ ਕਿਵੇਂ ਦਿਖਾਏਗਾ? ਇੰਗਲਿਸ਼ ਪਰਸੈਂਟੇਜ ਦੇਖੀ ਜਾਏਗੀ 12ਵੀਂ ਦੇ ਵਿੱਚ, ਜਾਂ ਉਹਨੂੰ ਆਇਲਸ ਜਾਂ ਕੋਈ ਹੋਰ ਅੰਗਰੇਜ਼ੀ? ਹਰੇਕ ਬੱਚੇ ਦੇ ਜਿਹੜਾ ਬੱਚਾ ਪਹਿਲਾਂ ਵੀ ਇੰਗਲਿਸ਼ ਦਾ ਜਿਹੜਾ 10 ਨੰਬਰ, ਬੇਸ਼ੱਕ ਅੰਬੈਸੀ ਵੱਲੋਂ ਨਹੀਂ ਸੀ ਜੁੜੇ ਜਾਂਦੇ, ਪਰ ਕੋਈ ਵੀ ਬੱਚਾ ਜਿਹੜਾ ਪਹਿਲਾਂ ਵੀ ਅਪਲਾਈ ਕਰਦਾ ਸੀ, ਜੇਕਰ ਉਹਨੂੰ ਇੰਗਲਿਸ਼ ਦੀ ਵੇਵਰ ਮਿਲਦੀ ਸੀਗੀ ਵਿਦਆਊਟ ਆਇਲਸ ਬੱਚਾ ਜਾਂਦਾ, ਇਹਨਾਂ ਡਾਕੂਮੈਂਟ ਤੋਂ ਬੱਚੇ ਦੀ ਅਸੈਸਮੈਂਟ ਕੀਤੀ ਹੈ ਤਾਂ B1 B2 ਲੈਵਲ ਕਲੀਅਰ ਹੈ, ਇਸ ਕਰਕੇ ਬੱਚੇ ਨੂੰ ਕੈਸ਼ ਦਿੱਤੀ ਜਾਂਦੀ ਹੈ, ਬੱਚਾ ਗਿਫਟਡ ਸਟੂਡੈਂਟ ਹੈ। ਸੋ ਸੇਮ ਉੱਦਾਂ ਹੀ ਹੈ, ਯੂਨੀਵਰਸਿਟੀ ਤੁਹਾਡਾ ਜਾਂ ਤਾਂ HLA ਲੈ ਸਕਦੀ ਹੈ, ਜਾਂ ਯੂਨੀਵਰਸਿਟੀ ਜਿਵੇਂ ਪ੍ਰੀ ਕੈਸ਼ ਇੰਟਰਵਿਊ ਬੱਚਿਆਂ ਦੇ ਆਲਰੇਡੀ ਹੁੰਦੇ ਹੈ, ਯੂਕੇ 'ਚ ਮੈਨੂੰ ਲੱਗਦਾ ਕਿ 10-5% ਯੂਨੀਵਰਸਿਟੀ ਜਿਹੜੀ ਇੰਟਰਵਿਊ ਨਹੀਂ ਲੈ ਰਹੀਆਂ, ਬਾਕੀ ਮੋਸਟਲੀ ਸਾਰੀ ਯੂਨੀਵਰਸਿਟੀਜ਼ ਇੰਟਰਵਿਊ ਲੈ ਰਹੀਆਂ ਨੇ, ਔਰ ਆਪਣੇ ਬੱਚੇ ਕਲੀਅਰ ਵੀ ਕਰ ਰਹੇ, ਕੋਈ ਐਸਾ ਡਾਊਟ ਨਹੀਂ ਕਿ ਬੱਚੇ ਇੰਟਰਵਿਊ ਕਲੀਅਰ ਨਹੀਂ ਕਰ ਪਾਉਂਦੇ, ਬੱਚੇ ਇੰਟਰਵਿਊ ਕਲੀਅਰ ਵੀ ਈਜ਼ੀਲੀ ਕਰ ਲੈਂਦੇ ਆ। ਸੋ ਉਹਦੇ ਵਿੱਚ ਵੀ ਕੀ ਹੈ ਕਿ ਯੂਨੀਵਰਸਿਟੀ ਨੇ ਕੈਸ਼ 'ਤੇ ਮੈਂਸ਼ਨ ਕਰਕੇ ਜਦੋਂ ਦੇ ਦਿੱਤਾ ਕਿ ਤੁਹਾਡਾ ਜਿਹੜਾ B2 ਲੈਵਲ ਇੰਗਲਿਸ਼ ਕਲੀਅਰ ਹੈਗਾ, ਅਸੀਂ ਆਹ ਚੀਜ਼ ਕੰਡਕਟ ਕੀਤੀ ਸੀ, ਚਾਹੇ ਉਹ ਟੈਸਟ ਹੋਊਗਾ, ਚਾਹੇ ਉਹ ਕਿਸੇ ਵੀ ਤਰੀਕੇ ਦਾ ਸੈਲਟ ਹੋਊਗਾ, ਜਿਹੜਾ ਉਹਨਾਂ ਦਾ ਸਿਸਟਮ ਹੈ, ਕੋਈ ਵੀ ਤਰੀਕਾ ਉਹਨਾਂ ਦਾ ਹੋਊਗਾ, ਪ੍ਰੋਪਰ ਮੈਂਸ਼ਨ ਹੋਊਗਾ ਕੈਸ਼ ਦੇ ਉੱਤੇ, ਤਾਂ ਅੰਬੈਸੀ ਵੱਲੋਂ 10 ਨੰਬਰ ਬੇਸ਼ੱਕ ਉਹ ਬੱਚੇ ਨੂੰ ਦਿੱਤੇ ਜਾਣਗੇ। ਇਹ ਮਤਲਬ ਨਹੀਂ ਹੈ ਕਿ ਹੁਣ ਆਪਣਾ ਵਿਦਆਊਟ ਅਸ ਆਪਾਂ ਅਪਲਾਈ ਹੀ ਨਹੀਂ ਕਰ ਸਕਦੇ, ਹੁਣ ਵੀ ਤੁਹਾਡੇ +2 ਇੰਗਲਿਸ਼ ਸਬਜੈਕਟ ਦੇ ਵਿੱਚ 65% ਨੰਬਰ ਹੈਗੇ ਨੇ, ਓਵਰਆਲ ਪ੍ਰਸੈਂਟੇਜ 60 ਹੈਗੀ ਆ, ਵਿਦਆਊਟ ਆਇਲਸ ਯੂਕੇ ਜਾਣਾ ਚਾਹੁੰਦੇ ਹੋ, ਚਾਹੇ +2 ਕੀਤੀ ਹੈ, ਚਾਹੇ ਗ੍ਰੈਜੂਏਸ਼ਨ ਕੀਤੀ ਹੈ, ਚਾਹੇ ਮਾਸਟਰਸ ਕੀਤੀ ਹੈ, ਤੁਸੀਂ ਤਾਂ ਵੀ ਯੂਕੇ ਜਾ ਕੇ ਪੜ੍ਹਾਈ ਕਰ ਸਕਦੇ ਹੋ, ਇਕੱਲੇ ਜਾਣਾ ਚਾਹੁੰਦੇ ਹੋ, ਸਪਾਊਸ ਨਾਲ ਜਾਣਾ ਚਾਹੁੰਦੇ ਹੋ, ਬੱਚਿਆਂ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਅੱਜ ਹਰ ਤਰੀਕੇ ਦੀ ਆਪਸ਼ਨ ਅਵੇਲੇਬਲ ਹੈ। ਮੈਨੂੰ ਲੱਗਦਾ ਤੁਹਾਡੇ ਕੋਲ ਆਇਲਸ ਨਹੀਂ ਹੈਗੀ, ਤੁਸੀਂ ਯੂਕੇ
पर कोई भी बच्चा अजे तक मैं लगता कि वीजा लैन ऑफिस भी नहीं आया क्योंकि बच्चे ने कभी जाने ही नहीं। ठीक है जी, कैनेडा की AIP मैं लगता कि लगातार आ रही ने, पर AIP भी आ रही है, बच्चे की स्टडी ऑनलाइन होनी है। हजे 2-3 दिन पहला IRCC ने एक अनाउंसमेंट दी है कि अक्टूबर तो बाद बच्चे उत्थे लैने अलाउ करांगे जेकर कॉलेजेस वालों चीज़ा क्लीयर हो गया कि साडे कोल कोविड का प्रोपर इंतजाम साडे कोल हैगा कि असीं उत्थे बच्चे रख सकते हैं। सो कुछ क इंडीकेशन जी पॉजिटिव वो कैनेडा वालों आई है, होपसो कैनेडा जी पॉजिटिविटी इदा ही बनी रहे और बच्चों के जो वीजे ने जल्दी तो जल्दी आन। जे आप पर यूके की गल करिए, आप सितंबर इनटेक तो स्टार्ट करिए, साढ़े मैं लगता कि 20-25 बच्चे उत्थे हुण तक फ्लाई कर चुके हैं, काफ़ी बच्चे उत्थे जाके पढ़ भी रहे हैं, क्लासा बेशक ऑनलाइन लग रही हैं पर बच्चों काम कर दी लैके कोई दिक्कत नहीं, यूनिवर्सिटी क्लासिज में लैके कोई दिक्कत नहीं, हरेक ऑप्शन बच्चों मिल रही है। सो इन चीज़ों करके भी यूके कितना कितने अच्छे खास खिच का केंद्र बनया हुआ जी। सो फ्रैश बच्चे से जोड़े जिन्होंने 2018-19 के जी 12वीं की या 2020 हूँ पास आउट हुए, तो यूके लिए इंट्रस्ट दिखा ही रहे हैं। एक होर जोड़े बच्चे विद्यार्थी मैं कह लाँगा विद्यार्थी जबकि चलो एज ज़्यादा कह सकते हैं, पढ़ाई छड्डी नूं 5-7 साल हो गए, कोई जॉब करन लग गए, मतलब एक्सपीरियंस है जिन्हां दे कोल किसी तरह का, अज उन्हां नूं लगता है कि असीं भी यूके जाके पढ़ सकते हैं जां कितने ना कितने अपना फ्यूचर देखते हैं। सो वो किवें उस चीज़ नूं जिहड़ा आपां जस्टिफाई करांगे, जिहड़े बच्चे ने ग्रैजुएशन की हुई है मास्टर की, साडे कोल काफ़ी केसिस अजकल आ रहे हैं जिवें तुसीं गल कीती है, कई बच्चे ने जिन्हां ने 85 बॉर्न ने 90 बॉर्न ने, कि जे मैं अपनी गल करा मैं 89 बॉर्न जे अज स्टडी तो गैप ला करे साडा काफ़ी गैप हो चुका, पर अज साडे वर्गे जिहड़े किसी होर भैण भरा जिहड़ा कोई नहीं काम कर रहा कोई जॉब कर रहा चाहुंदा कि मैं बाहर जाना, उन्हां कोल भी ऑप्शन है कि वह स्टूडेंट वीजा ते यूके जाके पढ़ाई कर सकते हैं। किवें आ ऑप्शन, तुसीं ग्रैजुएशन की है, फॉर एग्जाम्पल तुहाडी ग्रैजुएशन जिहड़ी 2010 खत्म हो गई, तुहाडे 10 साल हो गए गैप नूं, पर जे उन्हां 10 सालों के निरंतर तुसीं कोई लगातार कोई काम कर किया है, कोई थोड़े को सैलरी प्रूफ है, कोई थोड़े को एक्सपीरियंस लैटर है, थोड़े जॉब अपॉइंटमेंट लैटर है, तो 8-10 साल का गैप भी जो यूके एक्सैप्टेबल है, पर बशर्ते थोड़ा जो गैप है जेन्युइन होना चाहिए, यानी कि कितों बनवा के दे दो प्रॉपर, जेकर वेरीफाइबल हैगा थोड़े को सिस्टम हैगा तुसीं जॉब की हुई है सैलरी अकाउंट चाहिए हुई है, 10-12 साल के गैप के नाल भी यूके वीजा दे रहा, पर उन्होंने बच्चों कितने ना कि आयल्स के जी स्कोर की रिक्वायरमेंट है वो कुलदीप जी होगी, क्योंकि वो बच्चे ने जे अज 85 या 90 बॉर्डर बच्चा अपलाई करेगा 2004 या 2006 च बच्चे ने प्लस टू की होगी कितना कितने, उन्होंने जो प्लस टू जेकर 90 नंबर भी हुए तो भी यूनिवर्सिटी ने एक बार असैसमेंट लिए लेटेस्ट आयल्स या PT या ड्यूलिंगो का कोई ना कोई टैसट जरूर मंगना है। सो जो बच्चों का गैप 10-12 साल का जेकर उन्होंने आयल्स 6 बैंड है, ड्यूलिंगो 110 नंबर है, PT थोड़े 52 तो लैके 55 स्कोर है, तो तुम भी यूके का स्टूडेंट वीजा बिशरते अपलाई कर सकते हो स्पाउस और बच्चों के नाल। और एक खास चीज़ मैं कुलदीप जी दसना चाहूँगा इतने कि जे स्टूडेंट की किसी कंट्री तो रिफ्यूजल है, चाहे आस्ट्रेलिया तो है, चाहे चाहे कैनेडा तो है, चाहे USA तो है, वो बच्चे भी यूके पढ़ाई कर सकते हैं। और एक जिमें शो के स्टार्टिंग जिक्र किया कि 2020 वाले पास आउट बच्चे 18 पास आउट बच्चे इंट्रस्ट दिखा रहे हैं, मैनू लगता कि जदों का मैं यूके प्रमोट कर रहा पहली बार इदा होया कि 2020 पास आउट बच्चे भी यूके अपलाई कर लग गए, क्योंकि वो पिछले उही मेन कारण है कि यूके ही कल्ली कंट्री है विदाउट आयल्स एंट्री दे रहे हैं और दूजा तुम्हें फिजिकली उत्थे लैके जा रहे हैं। सो इस करके भी कितना कितने बहुत ज़्यादा बच्चे हूँ यूके अपलाई कर रहे हैं, क्योंकि जो बच्चा अज प्लस टू पास आउट है बच्चा 3 साल की उत्तर ग्रैजुएशन होगी और स्टडी तो बाद जो 2 साल का PSW है, चाहे बच्चा मास्टर ले जाता है चाहे बच्चा ग्रैजुएशन ले जाता, हरेक बच्चे उत्तर मिलना ही मिलना है, उस तो बाद PR के ऑप्शन भी है, तुम यूके PR भी अपलाई कर सकते हो जी। सो काफ़ी सालों तो जी PR की ऑप्शन नहीं सी बच्चों के कोल, पोस्ट स्टडी वर्क परमिट की गल करिए ऑप्शन नहीं सी, सो हुण जेकर इस तरह की ऑप्शन मिल रही ने, मौका मिल रहा बच्चे जाने का उत्थे फ्यूचर जो अपना सैट कर, उन्होंने सही तरीके इस्तेमाल करना चाहिए। सारे कंसल्टेंट्स एजेंट भरावान भी यही कहांगा कि एक चंगे तो सुचजे तरीके दे नाल जिहड़ा काम किया जाए, ताकि जिहड़ी रोज़ खबरां मिलदियां ने कि सख्ताई की जा रही है या बैन किए जा रहे या रिजैक्ट किए जा रहे, वो कितने ना कितने जिहड़ियां अपनियां गलतियां भी रहिंदियां ने जिन्हां दे करके सानूं एक खमियाजा भुगतना पैंदा, जां असीं निकल जावांगे साडे छोटे भैण भरा जिहड़े साडे तों बाद अपलाई करनगे किते ना किते उहनां दे लई भी जिहड़ियां मुश्किलां रहिणगियां ना। 2010-11-12 दे विच जिवें सुणन च आंदा सी कि यूनिवर्सिटीज़ भज गईआं, कॉलेज भज गए सी ना यूके दे विच, अज बच्चा भज जांदा उत्थे जा के, बहुत सारे बच्चे इस तरहां दे ने कि उत्थे क्लासां नहीं लाईआं जा के, जां देखिआ हुण फीस बड़ी पे करनी पैगी, इक होर उत्थे मैं फर्जी एजेंट कहांगा जिहड़े उत्थे पहलां तों ने जिहड़े बच्चे नूं कह दिंदे ने कि पढ़ के की करेंगा कुछ नहीं है अपना,
ਕੰਮ ਕਰੋ, ਇਲੀਗਲ ਰਹੋ ਜਾਂ ਇਲੀਗਲ ਤਰੀਕੇ ਦੇ ਨਾਲ ਕਰੋ, ਕੀ ਉਹ ਬੱਚਿਆਂ ਦਾ ਫਿਊਚਰ ਚੰਗਾ ਰਹੇਗਾ ਜਾਂ ਨਹੀਂ? ਕੁਲਦੀਪ ਜੀ, ਯੂਕੇ ਦੇ ਵਿੱਚ ਕਿਤੇ ਨਾ ਕਿਤੇ ਕੀ ਹੈ, ਜੇ ਆਪਾਂ ਗੱਲ ਕਰੀਏ ਤਾਂ ਬੱਚੇ ਨੂੰ ਕੰਮ ਕਰਨ ਦੀਆਂ ਆਪਸ਼ਨਸ ਬਹੁਤ ਨੇ ਉੱਥੇ। ਮਤਲਬ ਇਹ ਨਹੀਂ ਕਿ ਜਿਵੇਂ ਬੱਚੇ ਨੂੰ ਕੁਝ ਬਹੁਤ ਜ਼ਿਆਦਾ ਸਟਰਗਲ ਕਰੂਗਾ ਬੱਚਾ ਤਾਂ ਕੰਮ ਕਰ ਮਿਲੂਗਾ। ਮੈਨੂੰ ਲੱਗਦਾ ਕਿ 10 ਚੋਂ 1 ਦੇ ਬੱਚੇ ਦਾ ਵੀ ਹੁੰਦਾ ਕਿ ਮੈਨੂੰ ਕੰਮ ਕਰ ਨਹੀਂ ਮਿਲਿਆ। ਜਿੰਨੇ ਬੱਚੇ ਭੇਜੇ ਹੋਏ ਨੇ ਸਾਰੇ ਬੱਚੇ ਖੁਸ਼ ਨੇ, ਸਾਡੇ ਕੋਲ ਬਹੁਤ ਵਧੀਆ ਕੰਮ ਕਰ ਰਿਹਾ, ਬਹੁਤ ਵਧੀਆ ਅਸੀਂ ਅਰਨਿੰਗਸ ਕਰ ਰਹੇ ਹਾਂ, ਨਾਲ ਦੇ ਆਪਣੇ ਫੀਸਾਂ ਵੀ ਕੱਢ ਰਹੇ ਹਾਂ ਜੀ। 2-4 ਸਟੂਡੈਂਟ ਸਾਡੇ ਵੀ ਇਦਾਂ ਦੇ ਹੋਣਗੇ ਜਿਹੜੇ ਯੂਨੀਵਰਸਿਟੀ ਨਹੀਂ ਜਾ ਰਹੇ, ਯੂਨੀਵਰਸਿਟੀ ਸਕਿੱਪ ਕਰ ਰਹੇ ਨੇ, ਯੂਨੀਵਰਸਿਟੀ ਵੱਲੋਂ ਨਾਲ ਦੇਣ ਕਿਉਂਕਿ ਮੇਲ ਆਉਣੀ ਸਟਾਰਟ ਹੋ ਜਾਂਦੀ ਹੈ। ਸੋ ਕਾਰਨ ਕਿਤੇ ਨਾ ਕਿਤੇ ਕੀ ਬਣਦਾ, ਇਹੀ ਇੱਕ ਮੇਨ ਕਾਰਨ ਹੁੰਦਾ। ਜਦੋਂ ਅਰਨਿੰਗਸ ਵੱਧ ਜਾਂਦੇ ਨੇ ਕੁਲਦੀਪ ਜੀ, ਉਦੋਂ ਬੱਚਾ ਲਾਲਚਵਸ਼ ਹੋ ਜਾਂਦਾ ਕਿ ਨਾਲ ਵਾਲੇ ਕਹਿੰਦਾ ਤੂੰ ਇੰਨੇ ਪੈਸਾ ਤੈਨੂੰ ਵੱਢ ਰਿਹਾ, ਤੂੰ ਪੜ੍ਹ ਕੇ ਕਰਨਾ ਕੀ, ਜਿੰਨੇ ਸਾਲ ਲੱਗਦੇ ਆ ਲਾਓ। ਪਰ ਮੈਂ ਬੱਚਿਆਂ ਨੂੰ ਇੱਕ ਸਲਾਹ ਦੇਣਾ ਚਾਹੂੰਗਾ, ਤੁਸੀਂ ਇੱਥੋਂ ਗ੍ਰੈਜੂਏਸ਼ਨ ਲਈ ਗਏ, ਤੁਸੀਂ ਹਾਫ ਫੀਸ ਪੇ ਕਰਕੇ ਚਲੇ ਗਏ, 5,500 ਪਾਉਣ, 11,000 ਤੁਹਾਡੀ ਫੀਸ ਹੈ, 5,500 ਤੁਸੀਂ ਉੱਥੇ ਜਾ ਕੇ ਸਾਲ 'ਚ ਭਰਨਾ, ਤੁਸੀਂ ਕਦੇ ਇਕੱਠਾ ਨਹੀਂ ਭਰਨਾ, ਤੁਸੀਂ ਇੰਸਟਾਲਮੈਂਟ 'ਚ ਭਰਨਾ। ਸੋ ਅਰਨਿੰਗਸ ਕਰਕੇ ਨਾਲ ਨਾਲ ਤੁਸੀਂ ਆਪਣੀ ਫੀਸ ਪੇ ਕਰ ਸਕਦੇ ਹੋ। ਅੱਜ ਤੁਸੀਂ ਇਲੀਗਲ ਹੋ ਜਾਂਦੇ ਹੋ, ਸਾਲ ਨੂੰ, 2 ਨੂੰ, 3 ਸਾਲ ਨੂੰ, 4 ਸਾਲ ਨੂੰ, 5 ਸਾਲ ਨੂੰ ਕਦੇ ਨਾ ਕਦੇ ਤੁਸੀਂ ਵਾਪਸ ਆਓਗੇ। ਬਿਲਕੁਲ, 1 ਸਾਲ ਜਾਂ ਤਾਂ ਡਿਪੋਰਟ ਹੋ ਕੇ ਆਓਗੇ, ਤੁਸੀਂ ਟਿਕਟ ਲੈ ਕੇ ਬੇਸ਼ੱਕ ਬਿਨਾਂ ਡਿਪੋਰਟ ਹੋਏ ਆਓ, ਪਰ ਦੁਬਾਰਾ ਤੁਸੀਂ ਯੂਕੇ ਨਹੀਂ ਜਾ ਸਕਦੇ। ਔਰ ਜਿਹੜਾ ਬੱਚਾ 5-4 ਸਾਲ ਕੁਲਦੀਪ ਜੀ ਬਾਹਰਲੀ ਕੰਟਰੀ 'ਚ ਰਹਿ ਕੇ ਆ ਜਾਂਦਾ, ਉਹ ਬੱਚਾ ਇੰਡੀਆ ਜਾ ਕੇ ਐਡਜਸਟ ਨਹੀਂ ਹੋ ਪਾਉਂਦਾ, ਔਰ ਅੱਗੇ ਉਹਦੇ ਕੋਲ ਕੋਈ ਆਪਸ਼ਨ ਨਹੀਂ ਬਚਦਾ ਜਾਣ ਵਾਸਤੇ। ਸੋ ਬੱਚੇ ਨੂੰ ਰਹਿਣਾ ਵੀ ਇੰਡੀਆ ਪੈਂਦਾ, ਮਨ ਮਾਰ ਕੇ ਰਹਿਣਾ ਪੈਂਦਾ। ਮੈਂ ਕਹਿੰਦਾ ਵੀ ਜੋ ਅੱਜ ਹਾਲਾਤ ਨੇ ਉਸ ਤੋਂ ਵੀ ਬਦਤਰ ਹੋਣਗੇ ਜੇ ਬੱਚੇ। ਜੀ ਬਿਲਕੁਲ, ਉਹ ਬੱਚੇ ਨੂੰ ਜ਼ਿਆਦਾ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ। ਸੋ ਬੱਚਿਆਂ ਨੂੰ ਇੱਕ ਮੈਂ ਤਾਂ ਕਹੂੰਗਾ ਕਿ ਬੱਚਿਆਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਪੜ੍ਹਨ ਜਾਂਦੇ ਹੋ ਤਾਂ ਪੜ੍ਹਾਈ ਦਾ ਹੀ ਮੁੱਖ ਫੋਕਸ ਰੱਖਿਆ ਕਰੋ, ਕਿਉਂਕਿ ਜਦ ਤੁਸੀਂ 3 ਸਾਲ ਪੜ੍ਹ ਲਓਗੇ, ਜੇ ਬੱਚਾ ਗ੍ਰੈਜੂਏਸ਼ਨ ਲਈ ਗਿਆ ਹੋਇਆ, 3 ਸਾਲ ਤੁਹਾਡੀ ਡਿਗਰੀ ਹੋ ਗਈ, ਉਸ ਤੋਂ ਬਾਅਦ ਤੁਹਾਡੀ ਪਲੇਸਮੈਂਟ ਵੀ ਚੰਗੀ ਕੰਪਨੀ 'ਚ ਹੋ ਸਕਦੀ ਹੈ, ਤੁਸੀਂ ਪਲੇਸਮੈਂਟ ਵੀ ਲੈ ਸਕਦੇ ਹੋ, ਜਾਂ ਬੱਚੇ ਅੱਗੇ 2 ਸਾਲ ਦਾ PSW ਲੈ ਕੇ 5 ਸਾਲ ਨਹੀਂ ਤਾਂ 6 ਸਾਲ ਬਾਅਦ ਬੀਅਰ ਹੋ ਜੂਗੀ। ਕੁਲਦੀਪ ਜੀ, ਤੁਹਾਡੇ ਕੋਲ ਆਪਸ਼ਨ ਤਾਂ ਹੈਗਾ ਨਾ, ਤੁਹਾਡੇ 'ਚ ਪੱਕੇ ਤਾਂ ਹੋਣਗੇ। ਕਿਤੇ ਜ਼ਿਆਦਾ ਔਖੀ ਤਾਂ ਨਹੀਂ ਹੁੰਦੀ ਬੱਚੇ ਤਾਂ ਨਹੀਂ? ਕੁਲਦੀਪ ਜੀ, ਜੇ ਆਪਾਂ ਕਲਾਸਾਂ ਦੀ ਗੱਲ ਕਰੀਏ, ਇੱਕ ਯੂਨੀਵਰਸਿਟੀ ਦੀ ਜੇ ਆਪਾਂ ਗੱਲ ਕਰੀਏ, ਮੇਰੇ ਕੋਲ 10 ਤੋਂ 15 ਯੂਨੀਵਰਸਿਟੀ ਇੱਦਾਂ ਦੀ ਹੈਗੇ ਜਿਨ੍ਹਾਂ ਦਾ ਅਸੀਂ ਬੱਚੇ ਦੱਸਦੇ ਆ ਜਾ ਕੇ ਕਿ 2 ਤੋਂ 3 ਦਿਨ ਹਫ਼ਤੇ 'ਚ ਕਲਾਸ ਹੁੰਦੀ ਹੈ, ਔਰ 2 ਤੋਂ 3 ਘੰਟੇ ਦੀ ਹੀ ਕਲਾਸ ਹੁੰਦੀ ਹੈ। ਜੇ ਵੀ ਮੈਨੂੰ ਲੱਗਦਾ ਪ੍ਰੈਕਟੀਕਲ ਜ਼ਿਆਦਾ ਵੀਜ਼ਾ 'ਤੇ, ਜੀ ਬਿਲਕੁਲ, ਜੇ ਬੱਚਾ ਸਟੂਡੈਂਟ ਵੀਜ਼ਾ 'ਤੇ ਗਿਆ, ਮੈਂ ਕਹਿੰਦਾ ਕਿ ਹਫ਼ਤੇ ਤੁਸੀਂ ਆਪਣੇ ਲਈ 9 ਘੰਟੇ ਕੱਢਨੇ ਆ, ਇੱਕ ਮੰਥ 'ਚ ਗੱਲ ਕਰੀਏ ਤਾਂ ਆਪਾਂ 36 ਘੰਟੇ ਤੁਸੀਂ ਇੱਕ ਮੰਥ ਦੇ ਵਿੱਚ ਆਪਣੇ ਲਈ ਕੱਢਨੇ, ਜਿਹੜੇ ਕੰਮ ਲਈ ਤੁਸੀਂ ਗਏ ਹੋ। ਜੇ ਤੁਸੀਂ ਉਹ ਵੀ ਨਹੀਂ ਕੱਢ ਰਹੇ, ਤੁਸੀਂ ਸੋਚ ਰਹੇ ਹੋ ਕਿ ਮੈਂ ਕੰਮ ਕਰ ਵੱਲ ਜ਼ਿਆਦਾ ਭੱਜਾਂ ਜਾਂ ਮੈਂ ਅਰਨਿੰਗਸ ਜ਼ਿਆਦਾ ਕਰ ਲਾਂ, ਤਾਂ ਉਹ ਚੀਜ਼ ਕਿਤੇ ਨਾ ਕਿਤੇ ਬੱਚੇ ਵਾਸਤੇ ਵੀ ਗਲਤ ਹੈ। ਔਰ ਜਿਹੜੇ ਮਾਂ ਬਾਪ ਕਿਤੇ ਨਾ ਕਿਤੇ ਬੱਚਿਆਂ ਨੂੰ ਪ੍ਰੈਸ਼ਰਾਈਜ਼ ਕਰਦੇ ਨੇ ਕਿ ਤੂੰ ਉੱਥੇ ਚਲਾ ਗਿਆ, ਸਾਨੂੰ 1,00,000 ਰੁਪਇਆ ਭੇਜ, ਸਾਨੂੰ 50,000 ਰੁਪਏ ਭੇਜ, ਸੋ ਬੱਚੇ ਵੀ, ਸੋ ਮਾਂ ਬਾਪ ਵੀ ਬੱਚਿਆਂ ਨੂੰ ਇੰਨਾ ਜ਼ਿਆਦਾ ਪ੍ਰੈਸ਼ਰਾਈਜ਼ ਨਾ ਕਰਿਆ ਕਰਨ। ਜੇ ਬੱਚੇ ਨੂੰ ਪੜ੍ਹਾਈ ਲਈ ਭੇਜਿਆ, ਤੁਸੀਂ ਇੱਕ ਮੇਰੀ ਗੱਲ ਮੰਨ ਕੇ 2 ਤੋਂ 3 ਸਾਲ ਵੇਟ ਕਰ ਲਓ। ਬੱਚਾ ਅਰਨਿੰਗਸ ਬੇਸ਼ੱਕ ਕਰੂਗਾ, ਪੈਸੇ ਵੀ ਘਰੇ ਭੇਜੂਗਾ, ਇਹ ਨਹੀਂ ਕਿ ਬੱਚਾ ਪੈਸੇ ਭੇਜੂਗਾ ਨਹੀਂ 3 ਸਾਲ। ਅਰਨਿੰਗਸ ਵੀ ਬੱਚੇ ਨੂੰ ਚੰਗੀਆਂ ਨੂੰ, ਪਰ ਜੇ ਤੁਸੀਂ ਵੇਟ ਕਰਕੇ ਬੱਚੇ ਦੇ PSW ਤੱਕ ਵੇਟ ਕਰੋ, ਜਿੰਨੇ ਕੁ ਸੈਟਿੰਗ ਵਧੀਆ ਯੂਕੇ 'ਚ ਅੱਜ ਦੀ ਡੇਟ 'ਚ ਹੋ ਰਹੀ ਆ, ਬੱਚਿਆਂ ਦੀ ਕਿਤੇ ਹੋਣੀ ਨਹੀਂ, ਕਿਉਂਕਿ ਤੁਹਾਨੂੰ ਚੰਗੀ ਸਟੱਡੀ ਹੈ ਵਰਲਡ ਲੈਵਲ 'ਚ, ਹਾਇਰ ਲੈਵਲ 'ਤੇ ਹੁੰਦੀ ਯੂਕੇ ਦੀ ਸਟੱਡੀ, ਉਸ ਤੋਂ ਬਾਅਦ 2 ਸਾਲ ਦਾ PSW ਮਿਲਣਾ, ਤੁਸੀਂ PR ਹੋ ਸਕਦੇ ਹੋ। ਯੂਕੇ ਵਰਗੀ ਕੰਟਰੀ ਅੱਜ ਬੱਚਾ PR ਹੈ, ਮੈਨੂੰ ਲੱਗਦਾ ਕਿ ਜੇ ਵੇਜ ਰੇਟ ਦੀ ਗੱਲ ਕਰੀਏ ਸਭ ਤੋਂ ਟੌਪ ਦੀ ਵੇਜ ਰੇਟ ਯੂਕੇ ਦੇ ਵਿੱਚ, ਕਰੰਸੀ ਰੇਟ ਵੀ ਮੈਨੂੰ ਲੱਗਦਾ ਕਰੰਸੀ ਰੇਟ ਸਭ ਤੋਂ ਵੱਧ ਯੂਕੇ ਦਾ ਅੱਜ ਦੀ ਡੇਟ 'ਚ ਵੀ 94-95 ਰੁਪਏ ਪਾਉਂਡ ਚੱਲਦਾ। ਜੇ ਆਪਾਂ ਲੋਕਡਾਊਨ 'ਚ ਦੇਖੀਏ ਤਾਂ 110 ਰੁਪਏ ਤੱਕ ਵੀ ਪਾਉਂਡ ਦੀ ਜਿਹੜੀ ਹਾਈਐਸਟ ਰੇਸ਼ੋ ਗਈ ਹੈ ਜੀ। ਸੋ ਚੰਗੀ ਕੰਟਰੀ ਹੈ, ਪਰ ਜਦੋਂ ਆਪਾਂ ਲੋਕ ਉੱਥੇ ਜਾ ਕੇ ਰੂਲਸ ਨੂੰ ਜਦੋਂ ਗਲਤ ਫੋਲੋ ਕਰਦੇ ਹਾਂ, ਜਦੋਂ ਪਹਿਲਾਂ ਯੂਨੀਵਰਸਿਟੀਜ਼ ਬੰਦ ਹੋਈਆਂ, ਉਹ ਵੀ ਕਿਤੇ ਨਾ ਕਿਤੇ ਦਾ ਕਿ ਲੋਕ ਸਸਤੇ ਕਾਲਜਾਂ 'ਚ ਫੇਕ ਡਾਕੂਮੈਂਟ ਜਾਣਾ ਸ਼ੁਰੂ ਹੋ ਗਏ, ਜਿਹੜੇ ਕੰਟਰੈਕਟ ਮੈਰਿਜਸ ਨਾਲ ਜਾਣਾ ਸ਼ੁਰੂ ਹੋ ਗਏ, ਅੱਜ ਵੀ ਲੋਕ ਇੱਦਾਂ ਚੀਜ਼ਾਂ ਕਰਦੇ ਆ ਕਿ ਛੋਟੀ ਮੋਟੀ ਅਕੈਡਮੀ 'ਚ ਐਡਮਿਸ਼ਨ ਪਾਈ ਜਾਂਦੇ ਆ, ਜੇ ਬੱਚੇ ਦਾ ਵੀਜ਼ਾ ਆ ਗਿਆ ਤਾਂ ਪੈਸੇ ਲੱਗ ਗਏ, ਤਾਂ ਨਹੀਂ ਤਾਂ ਰਿਫਿਊਜ਼ ਆ ਜੂਗਾ ਬੱਚੇ ਦਾ, ਰਿਫਿਊਜ਼ਲ ਬੱਚਿਆਂ ਦੇ ਆਉਂਦੇ ਆ। ਜੇ ਆਪਾਂ ਕਾਲਜ 'ਚ ਅਪਲਾਈ ਕਰਦੇ ਹਾਂ ਤਾਂ ਰਿਫਿਊਜ਼ਲ ਆਉਂਦੇ ਨੇ, ਇਕੱਲੇ ਇੰਗਲਿਸ਼ ਲੈਂਗੁਏਜ ਦੇ ਕੋਰਸ ਲਈ ਅਪਲਾਈ ਕਰਦੇ ਹਾਂ ਤਾਂ ਰਿਫਿਊਜ਼ਲ ਆਉਂਦੇ ਆ, ਤੁਸੀਂ ਬੈਚਲਰ ਲਈ ਅਪਲਾਈ ਕਰਦੇ ਹੋ ਜਾਂ ਮਾਸਟਰ ਲਈ ਅਪਲਾਈ ਕਰਦੇ ਹੋ, ਪ੍ਰੀ ਮਾਸਟਰ ਲਈ ਅਪਲਾਈ ਕਰਦੇ ਹੋ ਜੇਕਰ ਨੰਬਰ ਘੱਟ ਨੇ ਤਾਂ, ਤੇ ਬੱਚਿਆਂ ਦੇ ਕਿਸੇ ਤਰ੍ਹਾਂ ਦੀ ਕੋਈ ਰਿਜੈਕਸ਼ਨ ਦਾ ਸਾਹਮਣਾ ਯੂਕੇ 'ਚ ਕਰਨਾ ਨਹੀਂ ਪਊਗਾ। ਔਰ ਖਾਸ ਗੁਜ਼ਾਰਿਸ਼ ਫਿਰ ਤੋਂ ਬੱਚਿਆਂ ਨੂੰ, ਜੇਕਰ ਸਟੂਡੈਂਟ ਵੀਜ਼ਾ 'ਤੇ ਜਾ ਰਹੇ ਹੋ ਤਾਂ ਮੁੱਖ ਜਿਹੜਾ ਫੋਕਸ ਹੈ ਉਹ ਪੜ੍ਹਾਈ 'ਤੇ ਰੱਖੋ, ਤਾਂ ਕਿ ਤੁਹਾਨੂੰ ਕੱਲ੍ਹ ਨੂੰ ਜਿਹੜਾ PR ਦਾ ਮੂੰਹ ਦੇਖੋ, ਤੁਸੀਂ ਡਿਪੋਰਟ ਦਾ ਮੂੰਹ ਨਾ ਦੇਖੋ ਜੀ। ਫੰਡ ਨੂੰ ਲੈ ਕੇ ਅੱਜ ਬੱਚੇ ਕਨਫਿਊਜ਼ ਵੀ ਨੇ, ਤਾਂ ਕਿਤੇ ਨਾ ਕਿਤੇ ਜਿਹੜੀ ਸਟ੍ਰਿਕਨੈਸ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਜੇ ਫੰਡਾਂ ਦੇ ਵਿੱਚ ਕੋਈ ਵੀ ਚੀਜ਼ ਗਲਤ ਪਾਈ ਜਾਂਦੀ ਤਾਂ ਵੀ ਬੱਚੇ ਨੂੰ ਜਿਹੜਾ ਰਿਜੈਕਸ਼ਨ ਜਿਹੜੀ ਹੋ ਸਕਦੀ ਹੈ। ਸੋ ਫੰਡ ਦੀ ਗੱਲ ਆਉਂਦੀ ਹੈ, ਬੱਚਾ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈ, ਜਾਂ ਪੈਸੇ ਹੈ ਨਹੀਂ ਪਰ ਕੰਸਲਟੈਂਟ ਵੱਲੋਂ ਸਮਝਾਇਆ ਨਹੀਂ ਜਾਂਦਾ। ਕਿਉਂ ਨਹੀਂ ਸਮਝਾਇਆ ਜਾਂਦਾ ਕਿ ਚੰਦ ਕੁ ਜਿਹੜੇ ਉਹਨਾਂ ਨੇ ਵਿਆਜ ਦੇ ਨਾਮ 'ਤੇ ਪੈਸੇ ਲੈਣੇ ਬੱਚੇ ਕੋਲੋਂ, ਜਾਂ ਬੱਚੇ ਨੂੰ ਲੋਨ ਦੀ ਆਪਸ਼ਨ ਨਹੀਂ ਦੱਸੀ ਜਾਂਦੀ ਕਿ ਲੋਨ ਵੀ ਕਰਾਇਆ ਜਾ ਸਕਦਾ ਹੈ ਨਾ। ਸੋ ਕਿਵੇਂ
ਰੱਖ ਸਕਦੇ ਹੋ ਕਿ ਤੁਹਾਨੂੰ ਸੋਰਸ ਆਫ ਇਨਕਮ ਦੀ ਲੋੜ ਨਹੀਂ ਹੈਗੀ ਯੂਕੇ ਦੇ ਵਿੱਚ। ਯੂਕੇ ਦੇ ਵਿੱਚ ਜਿਹੜੇ ਫੰਡ ਨੇ ਸਿਰਫ ਔਰ ਸਿਰਫ 28 ਦਿਨ ਪੁਰਾਣੇ ਕਰਨੇ ਨੇ, ਉਸ ਤੋਂ ਬਾਅਦ ਤੁਹਾਡੀ ਫਾਈਲ ਅੰਬੈਸੀ ਚਲੀ ਗਈ, ਤੁਹਾਡਾ ਵੀਜ਼ਾ ਲੱਗ ਗਿਆ, ਤੁਸੀਂ ਆਪਣੇ ਫੰਡ ਨੂੰ ਦੁਬਾਰਾ ਤੋਂ ਯੂਜ਼ ਕਰ ਸਕਦੇ ਹੋ। ਤੁਸੀਂ ਉੱਥੇ ਲਿਵਿੰਗ ਐਕਸਪੈਂਸ ਦਿਖਾਉਣੇ ਨੇ, ਨਾ ਕਿ ਤੁਸੀਂ ਉਹ ਪੈਸੇ ਨਾਲ ਲੈ ਕੇ ਜਾਣੇ ਨੇ, ਤੁਸੀਂ ਉਹਨਾਂ ਪੈਸਿਆਂ 'ਚੋਂ ਫੀਸ ਨਹੀਂ ਭਰਨੀ, ਫੀਸ ਵਾਲੇ ਪੈਸੇ ਤੁਹਾਨੂੰ ਅਲੱਗ ਤੋਂ ਸ਼ੋਅ ਕਰਨ ਦੀ ਕੋਈ ਲੋੜ ਨਹੀਂ ਹੈਗੀ। ਮੋਟਾ ਮੋਟਾ ਜੇ ਆਪਾਂ ਗੱਲ ਕਰੀਏ, ਬੱਚੇ ਨੂੰ 12 ਤੋਂ 15 ਲੱਖ ਦੇ ਫੰਡ ਚਾਹੀਦੇ ਨੇ ਯੂਕੇ ਸਟੂਡੈਂਟ ਵੀਜ਼ਾ ਦੇ ਲਈ, 28 ਦਿਨ ਪੁਰਾਣੇ। ਤੁਸੀਂ ਕਿਸੇ ਵੀ ਤਰੀਕੇ ਦੀ ਐਫ ਡੀ ਹੈਗੀ ਤੁਸੀਂ ਤਾਂ ਵੀ ਸ਼ੋਅ ਕਰ ਸਕਦੇ ਹੋ। ਐਜੂਕੇਸ਼ਨ ਲੋਨ ਤੁਸੀਂ ਬੈਂਕ ਤੋਂ ਲੈ ਸਕਦੇ ਹੋ, ਪਰ ਬਸ਼ਰਤੇ ਕਿ ਐਜੂਕੇਸ਼ਨ ਲੋਨ ਜਨਮਨ ਹੋਏ, ਉੱਤੇ ਪ੍ਰੋਪਰ ਜਿਹੜੇ ਇੱਕ ਲੈਟਰ ਦਾ ਫਾਰਮੈਟ ਹੈ, ਕਿਉਂਕਿ ਕਿਤੇ ਨਾ ਕਿਤੇ ਜਿਹੜੇ ਯੂਕੇ ਅੰਬੈਸੀ ਉਹਦੇ ਇੱਕ ਫਾਰਮੈਟ ਬਣੇ ਹੋਏ ਨੇ, ਜੇ ਸਾਨੂੰ ਤੁਸੀਂ ਬੈਲੈਂਸ ਲੈਟਰ ਦੇਣਾ ਇਸ ਫਾਰਮੈਟ 'ਚ ਦੇਣਾ, ਸਟੇਟਮੈਂਟ ਦੇਣੀ ਹੈ ਤਾਂ ਇਸ ਫਾਰਮੈਟ 'ਚ ਦੇਣੀ ਹੈ, ਲੋਨ ਲੈਟਰ ਦੇਣਾ ਤਾਂ ਇਸ ਫਾਰਮੈਟ 'ਚ ਦੇਣਾ। ਕਈ ਵਾਰੀ ਫਾਰਮੈਟ ਸਹੀ ਨਾ ਹੋਣ ਕਰਕੇ ਬੱਚਿਆਂ ਦੇ 10 ਨੰਬਰ ਨਹੀਂ ਲੱਗਦੇ, ਔਰ ਬੱਚਿਆਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਸੀ। ਸੋ ਅਪਲਾਈ ਕਰਨ ਤੋਂ ਪਹਿਲਾਂ ਜੇਕਰ ਤੁਹਾਡਾ ਏਜੰਟ ਚੰਗਾ, ਤੁਹਾਡਾ ਕੰਸਲਟੈਂਟ ਵਧੀਆ, ਤਾਂ ਉਹ ਇਹ ਚੀਜ਼ ਦੇਖੂਗਾ ਪਹਿਲਾਂ ਕਿ ਬੱਚੇ ਨੂੰ ਜਿਹੜਾ ਫਾਰਮੈਟ ਪ੍ਰੋਪਰ ਪ੍ਰੋਵਾਈਡ ਕਰਵਾਇਆ ਜਾਏ। ਕਈ ਵਾਰ ਬੱਚੇ ਨੂੰ ਫਾਰਮੈਟ ਪ੍ਰੋਵਾਈਡ ਨਹੀਂ ਕਰਾਇਆ ਜਾਂਦਾ, ਬੱਚੇ ਤੋਂ ਪ੍ਰੋਪਰ ਫਾਰਮੈਟ ਬਣਦਾ ਨਹੀਂ, ਏਜੰਟ ਕਹਿੰਦਾ ਤੇਰੇ ਦਾ ਫੰਡ ਪ੍ਰੋਪਰ ਹੈਗਾ ਨਹੀਂ, ਤੇਰੇ ਦੁਬਾਰਾ ਕਰਾਉਣੇ ਪੈਣੇ ਆ। ਸੋ ਇਹਨਾਂ ਚੀਜ਼ਾਂ ਤੋਂ ਬਚਣ ਲਈ ਇੱਕ ਚੰਗੇ ਕੰਸਲਟੈਂਟ ਦੀ ਭਾਲ ਕਰਨਾ ਬਹੁਤ ਜ਼ਰੂਰੀ ਹੈ, ਇੱਕ ਜੈਨੂਇਨ ਕੰਸਲਟੈਂਟ ਦੀ ਭਾਲ ਕਰਨਾ ਬਹੁਤ ਜ਼ਰੂਰੀ ਹੈ। ਯੂਕੇ ਅਪਲਾਈ ਕਰਦੇ ਹੋ, 12 ਤੋਂ 15 ਲੱਖ ਦੇ ਤੁਸੀਂ ਫੰਡ ਸ਼ੋਅ ਕਰਨੇ ਆ, 28 ਦਿਨ ਪੁਰਾਣੇ ਹੋਣੇ ਚਾਹੀਦੇ ਆ ਤੁਹਾਡੇ ਅਕਾਊਂਟ 'ਚ ਜਾਂ ਤੁਹਾਡੇ ਪੇਰੈਂਟਸ ਦੇ ਅਕਾਊਂਟ 'ਚ ਹੋਣੇ ਚਾਹੀਦੇ। ਔਰ ਇੱਥੇ ਇੱਕ ਖਾਸ ਗੱਲ ਮੈਂ ਦੱਸੂਗਾ, ਜੇ ਬੱਚੇ ਦੇ ਪੇਰੈਂਟਸ ਦੇ ਅਕਾਊਂਟ 'ਚ ਫੰਡ ਹੈਗੇ ਤਾਂ ਬੱਚੇ ਨੂੰ ਨਾਲ ਜਾਂ ਤਾਂ ਕੋਈ ਐਫੀਡੈਵਿਟ ਲਗਾਉਣਾ ਪਊਗਾ, ਜਾਂ ਬੱਚੇ ਨੂੰ ਉਹਦੇ ਵਿੱਚ ਇੱਕ ਆਪਣਾ ਬਰਥ ਸਰਟੀਫਿਕੇਟ ਦੇਣਾ ਲਾਜ਼ਮੀ ਹੋਊਗਾ। ਕਿਉਂਕਿ ਕਈ ਵਾਰੀ ਬੱਚਾ ਦੇਖਦਾ ਕਿ ਆਮ ਕੰਟਰੀ 'ਚ ਕੀ ਹੁੰਦਾ ਕਿ ਕਿਸੇ ਵੀ ਪੇਰੈਂਟਸ ਦੇ ਤੁਸੀਂ ਅਕਾਊਂਟ 'ਚ ਪੈਸੇ ਸ਼ੋਅ ਕਰ ਦਿਓ ਔਰ ਫਾਈਲ ਲਾ ਦਿਓ, ਲੱਗ ਜਾਂਦੀ ਹੈ, ਵੀਜ਼ਾ ਆ ਜਾਂਦਾ। ਪਰ ਯੂਕੇ ਦੇ ਵਿੱਚ ਜੇਕਰ ਤੁਸੀਂ ਪੇਰੈਂਟਸ ਦੇ ਅਕਾਊਂਟ 'ਚ ਪੈਸੇ ਸ਼ੋਅ ਕਰ ਰਹੇ ਹੋ, ਤੁਹਾਨੂੰ ਰਿਲੇਸ਼ਨਸ਼ਿਪ ਪਰੂਫ ਜਿਹੜਾ ਉਹ ਪ੍ਰੋਪਰ ਦੇਣਾ ਪੈਣਾ। ਜੇ ਮੈਰਿਡ ਅਪਲਾਈ ਕਰ ਰਿਹਾ ਸਟੂਡੈਂਟ ਤਾਂ ਸਪਾਊਸ ਦੇ ਅਕਾਊਂਟ ਦੇ ਵਿੱਚ ਵੀ ਜਿਹੜੇ ਸ਼ੋਅ ਕੀਤੇ ਜਾਣਗੇ, ਪਲੱਸ ਮਦਰ ਇਨ ਲਾ ਜਾਂ ਫਾਦਰ ਇਨ ਲਾ ਵੀ ਸਪੋਂਸਰ ਕਰ ਸਕਦੇ। ਬਿਲਕੁਲ ਕੁਲਦੀਪ ਜੀ, ਜੇਕਰ ਆਪਾਂ ਸਪਾਊਸ ਵੀਜ਼ਾ ਲੈ ਰਹੇ ਹਾਂ ਉਹਦੇ ਵਿੱਚ ਜਿਹੜਾ ਵਾਧਾ ਖਰਚਾ ਇਹੀ ਆਉਂਦਾ ਕਿ ਜਿੰਨੇ ਤੁਸੀਂ ਮੇਨ ਐਪਲੀਕੈਂਟ ਦੇ ਫੰਡ ਸ਼ੋਅ ਹੋਣੇ ਹੈ, ਉਨੇ ਹੀ ਫੰਡ ਜਿਹੜੇ ਨਾਲ ਸਪਾਊਸ ਦੇ ਸ਼ੋਅ ਹੋਣੇ। ਸਪਾਊਸ ਦਾ IHS ਜਿਹੜਾ ਹੈਲਥ ਇੰਸ਼ੋਰੈਂਸ ਹੈ ਉਹ ਵੀ ਤੁਹਾਡਾ ਨਾਲ ਦੀ ਨਾਲ ਉਨਾ ਹੀ ਜਾਣਾ ਉੱਥੇ। ਔਰ ਜੇਕਰ ਜੇ ਆਪਾਂ ਗੱਲ ਕਰੀਏ ਅੱਜ ਮੇਨ ਐਪਲੀਕੈਂਟ ਕੁੜੀ ਹੈ, ਕੁੜੀ ਦੇ ਜਿਹੜੇ ਮਦਰ ਫਾਦਰ ਨੇ ਉਹਨਾਂ ਦੇ ਅਕਾਊਂਟ 'ਚ ਪੈਸੇ ਹੋਣ ਤਾਂ ਚੱਲ ਸਕਦੇ ਨੇ, ਜਾਂ ਉਹਦੇ ਹਸਬੈਂਡ ਦੇ ਅਕਾਊਂਟ 'ਚ ਪੈਸੇ ਨੇ ਤਾਂ ਉਹਨਾਂ ਦਾ ਜੁਆਇੰਟ ਅਕਾਊਂਟ ਹੈ ਤਾਂ ਚੱਲ ਸਕਦੇ ਨੇ। ਜੇ ਮੇਨ ਐਪਲੀਕੈਂਟ ਹਸਬੈਂਡ ਹੈ ਸੇਮ ਉਹਦੇ 'ਤੇ, ਜੇ ਉਹਦੇ ਮਦਰ ਫਾਦਰ ਕਰ ਸਕਦੇ ਨੇ, ਯਾਨੀ ਕਿ ਸੱਸ ਅਤੇ ਸਹੁਰੇ ਦੀ ਜੇ ਆਪਾਂ ਗੱਲ ਕਰੀਏ ਫਾਦਰ ਇਨ ਲਾਅ ਜਾਂ ਮਦਰ ਇਨ ਲਾਅ, ਉਹ ਤੁਹਾਡੇ ਜਿਹੜੇ ਪੈਸੇ ਨੇ ਉਹ ਸ਼ੋਅ ਨਹੀਂ ਕਰ ਸਕਦੇ ਜਿਹੜੇ ਮੇਨ ਐਪਲੀਕੈਂਟ ਦੇ। ਜੇ ਉਹ ਆਪਣੇ ਸਪਾਊਸ ਦੇ ਸ਼ੋਅ ਕਰਨਾ ਚਾਹੁੰਦੇ ਨੇ, ਮੇਨ ਐਪਲੀਕੈਂਟ ਦੇ ਫੰਡ ਆਪਣੇ ਅਲੱਗ ਤੋਂ ਹੈਗੇ, ਸਪਾਊਸ ਦੇ ਅਲੱਗ ਤੋਂ ਹੈਗੇ, ਮੇਨ ਐਪਲੀਕੈਂਟ ਜੇਕਰ ਕੁੜੀ ਹੈ ਤਾਂ ਮੁੰਡੇ ਦੇ ਜਿਹੜੇ ਮਦਰ ਫਾਦਰ ਨੇ ਉਹ ਜਿਹੜੇ ਨੇ ਉਹ ਆਪਣੇ ਸਪਾਊਸ ਦੇ ਫੰਡ ਸ਼ੋਅ ਕਰ ਸਕਦੇ ਨੇ, ਪਰ ਉਹ ਕੁੜੀ ਦੇ ਫੰਡ ਨਹੀਂ ਸ਼ੋਅ ਕਰ ਸਕਦੇ। ਸੋ ਨਵੇਂ ਰੂਲ ਜਦੋਂ ਤੋਂ ਅਕਤੂਬਰ ਦੇ ਮਹੀਨੇ ਵਿੱਚ ਲਾਗੂ ਹੋਏ ਨੇ, ਸੁਣਨ 'ਚ ਆਇਆ ਕਿ ਜਿਹੜੇ ਯੂਨੀਵਰਸਿਟੀਜ਼ ਵੱਲੋਂ ਜਿਹੜੀ ਆਫਰ ਲੈਟਰ ਜਾਂ ਕੈਸ਼ ਜਿਹੜਾ ਥੋੜ੍ਹਾ ਜਿਹਾ ਡਿਲੇ ਕੀਤਾ ਜਾ ਰਿਹਾ, ਜਾਂ ਇੰਟਰਵਿਊ ਲਈ ਜਾ ਰਹੀ ਹੈ ਜਾਂ ਅੰਬੈਸੀ ਇੰਟਰਵਿਊਜ਼ ਵੀ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ, ਸੋ ਕੀ ਇੰਪੈਕਟ ਪਏਗਾ ਉਹ ਚੀਜ਼ਾਂ ਦਾ ਵੀਜ਼ਾ ਦੇ ਉੱਤੇ? ਹਜੇ ਤੱਕ ਕੁਲਦੀਪ ਜੀ ਦੇਖੀ ਤਾਂ ਕੋਈ ਇੰਪੈਕਟ ਨਹੀਂ ਪੈ ਰਿਹਾ, ਸਾਡੇ ਵੀਜ਼ਾ ਲੱਗਣੇ ਵੀ ਸਟਾਰਟ ਹੋ ਚੁੱਕੇ ਨੇ ਨਵੇਂ ਰੂਲਸ ਦੇ ਅਕੋਰਡਿੰਗ, ਔਰ ਜਲਦੀ ਤੁਹਾਡੇ ਨਾਲ ਰੂਬਰੂ ਵੀ ਕਰਾਵਾਂਗੇ ਸ਼ੋਅ ਦੇ ਉੱਤੇ ਉਹਨਾਂ ਸਟੂਡੈਂਟ ਨੂੰ ਜਿਨ੍ਹਾਂ ਦੇ ਨਵੇਂ ਰੂਲਸ ਦੇ ਅੰਦਰ ਵੀਜ਼ਾ ਲੱਗੇ, ਜਿਨ੍ਹਾਂ ਦੀ ਫਾਈਲ ਜਿਹੜੀ ਹੈ 5 ਅਕਤੂਬਰ ਤੋਂ ਬਾਅਦ ਗਈ ਸੀ। ਮੇਜਰ ਚੇਂਜ ਜਿਹੜਾ ਇਹ ਹੈ ਕਿ ਬੱਚੇ ਦੀ ਜਿਹੜੀ IHS ਹੈ ਉਹ ਜ਼ਿਆਦਾ ਇਨਕਰੀਜ਼, ਥੋੜ੍ਹੀ ਜਿਹੀ ਇਨਕਰੀਜ਼ ਹੋਗੀ 70 ਪਾਉਂਡ, ਜਿਹੜੀ ਲਾਸਟ ਸਤੰਬਰ 'ਚ 300 ਸੀਗੀ, ਪਿੱਛੇ 400 ਹੋ ਗਈ, ਹੁਣ 470 ਪਾਉਂਡ ਹੋ ਗਈ। ਦੂਜਾ ਜਿਹੜਾ 10 ਨੰਬਰ ਇੰਗਲਿਸ਼ ਦੇ ਲੱਗਣੇ ਆ, ਤੁਹਾਡੇ ਕੈਸ਼ ਲੈਟਰ ਦੇ ਉੱਪਰ ਲਿਖ ਕੇ ਆਉਣਗੇ ਕਿ ਤੁਹਾਨੂੰ 10 ਨੰਬਰ ਦੇ ਅਸੈਸਮੈਂਟ ਜਿਹੜੀ ਹੈ ਉਹ ਇਸ ਤਰੀਕੇ ਨਾਲ ਬੱਚੇ ਦੇ ਲੈਂਗੁਏਜ ਅਸੈਸਮੈਂਟ ਕੀਤੀ ਗਈ ਹੈ, ਉਹ ਐਵੀਡੈਂਸ ਪ੍ਰੋਪਰ ਹੋਣਗੇ ਤਾਂ 10 ਨੰਬਰ ਵੀ ਤੁਹਾਡੇ ਲੱਗਣਗੇ ਲੱਗਣਗੇ, 50 ਨੰਬਰ ਤੁਹਾਡੇ ਕੈਸ਼ ਦੇ ਨੇ। ਜੇ ਆਪਾਂ ਗੱਲ ਕਰੀਏ ਆਫਰ ਲੈਟਰ ਜਾਂ ਕੈਸ਼ ਦੀ ਜਿਹੜੀ ਡਿਲੇ ਹੋ ਰਹੀ ਹੈ ਉਹ ਕਿਤੇ ਨਾ ਕਿਤੇ ਤਾਂ ਹੋ ਰਿਹਾ ਕਿਉਂਕਿ ਜਨਵਰੀ ਲਈ ਕੁਲਦੀਪ ਜੀ ਰਾਸ਼ੀ ਬਹੁਤ ਹੈ। ਹਜੇ ਵੀ ਕਈ ਯੂਨੀਵਰਸਿਟੀ ਜਿਹੜੀਆਂ ਨੇ ਉਹ ਅਕਤੂਬਰ ਨਵੰਬਰ ਇਨਟੇਕ ਦੇ ਵੀਜ਼ੇ ਵੀ ਦੇਈ ਜਾਂਦੀਆਂ ਨੇ, ਕਿਉਂਕਿ ਲੋਕਡਾਊਨ ਕਰਕੇ ਉਹਨਾਂ ਕੋਲ ਵੀ ਸੀਟਾਂ ਕੰਪਲੀਟ ਨਹੀਂ ਹੋਈਆਂ। ਅੱਜ ਵੀ ਆਪਾਂ ਗੱਲ ਕਰੀਏ ਸਾਡੇ ਕੋਲ 3-4 ਯੂਨੀਵਰਸਿਟੀ ਇਦਾਂ ਦੀਆਂ ਹੈਗੀਆਂ ਜਿਨ੍ਹਾਂ ਤੁਸੀਂ ਨਵੰਬਰ ਇਨਟੇਕ ਲਈ ਅਪਲਾਈ ਕਰ ਸਕਦੇ ਹੋ, ਪਰ ਨਾਲ ਦੀ ਨਾਲ ਉਹਨਾਂ ਯੂਨੀਵਰਸਿਟੀ ਨੇ ਜਨਵਰੀ ਇਨਟੇਕ ਵੀ ਓਪਨ ਕੀਤਾ ਹੋਇਆ। ਪਰ ਹੁਣ ਜੇ ਆਪਾਂ ਅੱਜ ਦੀ ਗੱਲ ਕਰੀਏ ਕਰੰਟ ਸਿਨੈਰੀਓ ਦੀ, ਤਾਂ ਜਿਹੜੇ ਜਨਵਰੀ ਇਨਟੇਕ ਦੇ ਜਿਹੜੇ ਆਫਰ ਲੈਟਰ ਨੇ ਉਹਨੇ ਸਟਾਰਟ ਹੋ ਚੁੱਕੇ ਨੇ, ਔਰ ਜੇਕਰ ਤੁਸੀਂ ਫੀਸ ਪੇ ਕਰ ਰਹੇ ਹੋ ਨਾਲ ਦੀ ਨਾਲ ਤੁਹਾਡੇ ਕੈਸ਼ ਵੀ ਉਹਨੇ ਸਟਾਰਟ ਹੋ ਚੁੱਕੇ ਨੇ, ਔਰ ਜਨਵਰੀ ਦੇ ਵੀਜ਼ਾ ਤੁਹਾਨੂੰ ਜਲਦੀ ਦੇਖਣ ਨੂੰ ਮਿਲਣਗੇ, ਕਿਉਂਕਿ ਯੂਕੇ 'ਚ ਮੇਜਰ ਚੇਂਜ ਇਹ ਵੀ ਹੈ ਕਿ ਤੁਸੀਂ ਹੁਣ ਜੇ ਆਪਣੀ ਫਾਈਲ ਹੈ ਉਹ ਅੰਬੈਸੀ ਦੇ ਵਿੱਚ VFS ਦੇ ਵਿੱਚ 6 ਮੰਥ ਪਹਿਲਾਂ ਲੋਜ ਕਰ ਸਕਦੇ ਹੋ, ਜਿਹੜੀ ਤੁਸੀਂ ਪਹਿਲਾਂ 3 ਮੰਥ ਪਹਿਲਾਂ ਲੋਜ ਕਰਦੇ ਸੀ। ਸੋ ਇਹ ਵੀ ਇੱਕ ਚੰਗੀ ਬੈਟਰ ਆਪਸ਼ਨ ਹੈ, ਤੁਸੀਂ ਜਨਵਰੀ ਲਈ ਅਪਲਾਈ ਕਰਨਾ ਹੈ। ਇਹ ਨਾ ਸੋਚੋ ਕਿ ਅੱਜ ਅਕਤੂਬਰ 'ਚ ਆ ਰਿਹਾ, ਨਵੰਬਰ ਦਸੰਬਰ ਪਿਆ, ਜਨਵਰੀ 'ਚ ਟਾਈਮ ਹੈ, ਤੁਸੀਂ ਹੁਣੇ ਅਪਲਾਈ ਕਰੋ, ਆਪਣੀ ਫੀਸ ਭਰੋ, ਕੈਸ਼ ਲਓ,
ਉਹਨੂੰ ਮੋਸਟਲੀ ਬੀ ਓਨਰਸ ਵੀ ਦਿੱਤਾ ਜਾਂਦਾ ਹੈ, ਜਿਹਨੇ ਕਮਰਸ ਕੀਤੀ ਉਹਨੂੰ ਬੈਚਲਰ ਆਫ ਬੀ ਬੀ ਏ ਦਿੱਤਾ ਜਾਂਦਾ, ਜਿਹਨੇ ਮੈਡੀਕਲ ਕੀਤੀ ਹੋਈ ਹੈ। ਮੈਡੀਕਲ ਵਾਲੇ ਬੱਚੇ ਨੂੰ 6 ਬੈਂਡ ਹੋਣੇ ਲਾਜ਼ਮੀ ਨੇ ਤਾਂ ਉਹ ਅੱਗੇ ਜਿਹੜੀ ਲਾਈਨ ਹੈ ਉਹ ਮੈਡੀਕਲ ਦੀ ਚੂਜ਼ ਕਰ ਸਕਦਾ ਹੈ। ਉਹ ਬੀ ਐੱਸ ਸੀ ਨਰਸਿੰਗ ਚੂਜ਼ ਕਰਨੀ ਹੈ ਬੱਚੇ ਨੇ, ਉਹਨੂੰ 6 ਬੈਂਡ ਹੋਣੇ ਲਾਜ਼ਮੀ ਨੇ ਤਾਂ ਉਹ ਬੀ ਐੱਸ ਸੀ ਨਰਸਿੰਗ ਚੂਜ਼ ਕਰ ਸਕਦਾ ਹੈ। ਪਰ ਜੇ ਮੈਡੀਕਲ ਵਾਲੇ ਬੱਚੇ ਕੋਲ ਆਇਲਸ ਨਹੀਂ ਹੈਗੀ ਔਰ ਚਾਹੁੰਦਾ ਕਿ ਮੈਂ ਯੂਕੇ ਜਾਣਾ, ਹਾਂ ਪਰ ਆਪਣੀ ਲਾਈਨ ਚੇਂਜ ਕਰਨੀ ਪਊਗੀ, ਬੱਚੇ ਨੂੰ ਆਰਟਸ ਵਾਲੀ ਜਾਂ ਕਮਰਸ ਵਾਲੀ ਲਾਈਨ ਜਾਣਾ ਪਊਗਾ ਤਾਂ ਉਹ ਬੱਚਾ ਜਾ ਸਕਦਾ। ਰੈਲੀਵੈਂਸੀ ਦਾ ਕੋਈ ਇਸ਼ੂ ਨਹੀਂ ਹੈਗਾ, ਵੀਜ਼ਾ ਬੱਚਿਆਂ ਦੇ ਫਿਰ ਵੀ ਆਉਣਗੇ। ਇੱਥੇ ਜਿਹੜੇ ਉਹ ਬੱਚੇ ਜਿਨ੍ਹਾਂ ਜੀ ਐਨ ਐਮ ਕੀਤੀ ਹੋਈ ਆ, ਏ ਐਨ ਐਮ ਡਿਪਲੋਮਾ ਕੀਤਾ ਹੁੰਦਾ ਪਲੱਸ ਟੂ ਤੋਂ ਬਾਅਦ, ਉਹ ਬੱਚੇ ਚਾਹੁੰਦੇ ਨੇ ਅਸੀਂ ਯੂਕੇ ਜਾ ਕੇ ਪੜ੍ਹਨਾ ਚਾਹੁੰਦੇ ਹਾਂ, ਪਹਿਲੀ ਗੱਲ ਤਾਂ ਤੁਸੀਂ ਏ ਐਨ ਐਮ ਜਾਂ ਜੀ ਐਨ ਐਮ ਕੀਤੀ ਹੈ ਤੁਹਾਨੂੰ ਉੱਥੇ ਜਾ ਕੇ ਮਾਸਟਰ ਡਿਗਰੀ ਨਹੀਂ ਬੈਚਲਰ ਡਿਗਰੀ ਕਰਨੀ ਪਊਗੀ। ਜੇਕਰ ਤੁਸੀਂ ਬੀ ਐੱਸ ਸੀ ਨਰਸਿੰਗ 'ਚ ਐਡਮਿਸ਼ਨ ਲੈਣਾ ਚਾਹੁੰਦੇ ਹੋ, ਤੁਹਾਡੇ 6 ਬੈਂਡ ਨੋਟ ਲੈਸ ਦੈਨ 5.5 ਚਾਹੀਦੇ ਨੇ ਆਫਟਰ ਜੀ ਐਨ ਐਮ ਜਾਂ ਏ ਐਨ ਐਮ ਤੁਸੀਂ ਜੇ ਬੈਚਲਰ ਲਈ ਜਾਣਾ ਚਾਹੁੰਦੇ ਹੋ ਜੀ ਨਰਸਿੰਗ ਲਾਈਨ ਦੇ ਵਿੱਚ। ਪਰ ਜੇਕਰ ਤੁਸੀਂ ਬਿਜ਼ਨਸ ਦੇ ਕੋਰਸ 'ਚ ਜਾਣਾ ਚਾਹੁੰਦੇ ਹੋ, ਜੀ ਐਨ ਐਮ ਕੀਤੀ ਹੋਈ ਹੈ, ਏ ਐਨ ਐਮ ਕੀਤੀ ਹੋਈ ਹੈ ਜਾਂ ਬੀ ਐੱਸ ਸੀ ਨਰਸਿੰਗ ਵੀ ਕੀਤੀ ਹੋਈ ਹੈ ਵਿਦਾਊਟ ਆਇਲਸ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਤੁਹਾਡੇ ਲਾਈਨ ਹੈ ਉਹ ਚੇਂਜ ਕਰਨੀ ਪਊਗੀ, ਵੀਜ਼ਾ ਤੁਹਾਡਾ ਉਹ 'ਚ ਵੀ ਆ ਸਕਦਾ। ਇੱਕ ਬੱਚੇ ਦਾ ਜਿਹੜਾ ਮੈਸੇਜ ਆਇਆ ਸੀ ਕਿ ਸ਼ਿਕਾਇਤ ਸੀ ਬੱਚੇ ਦੀ ਕਿ ਉਹ ਕੁਰਕਸ਼ੇਤਰ ਆਫਿਸ ਤੁਹਾਨੂੰ ਮਿਲਣ ਗਿਆ ਪਰ ਉਸ ਦਿਨ ਤੁਸੀਂ ਨਹੀਂ ਮਿਲੇ ਨਾ, ਸੋ ਇੱਕ ਤਾਂ ਇੱਥੇ ਦੱਸਿਆ ਜਾਵੇ ਕਿਹੜੇ ਕਿਹੜੇ ਦਿਨ ਕਿਹੜੇ ਆਫਿਸ ਮਿਲਦੇ ਹੋ, ਜਾਂ ਜੇਕਰ ਬੱਚਾ ਆਉਂਦਾ ਤੁਸੀਂ ਨਹੀਂ ਹੁੰਦੇ ਤਾਂ ਕੋਈ ਹੋਰ ਵੀ ਜ਼ਰੀਆ ਕਿ ਉੱਥੇ ਬੱਚੇ ਨਾਲ ਤੁਹਾਡੀ ਗੱਲ ਹੋ ਸਕੇ। ਬਿਲਕੁਲ ਕੁਲਦੀਪ ਜੀ, ਜੇ ਕੋਈ ਬੱਚਾ ਮੈਂ ਨਹੀਂ ਅਵੇਲੇਬਲ ਹੈਗਾ ਉੱਥੇ ਬੱਚਾ ਗੱਲਬਾਤ ਕਰਨਾ ਚਾਹੁੰਦਾ, ਸਾਡੀ ਟੀਮ ਪ੍ਰੋਪਰ ਉੱਥੇ ਬੈਠੀ ਹੈ, ਤੁਸੀਂ ਟੀਮ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਉਸ ਤੋਂ ਇਲਾਵਾ ਮੇਰੇ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਵੀਡੀਓ ਕਾਨਫਰੰਸਿੰਗ ਰਾਹੀਂ ਤੁਸੀਂ ਗੱਲਬਾਤ ਕਰ ਸਕਦੇ ਹੋ। ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਕਿ ਬੁੱਧਵਾਰ ਔਰ ਵੀਰਵਾਰ ਹਰੇਕ ਹਫ਼ਤੇ ਦੇ ਵਿੱਚ, ਬੁੱਧਵਾਰ ਤੁਸੀਂ 10 ਵਜੇ ਤੋਂ ਲੈ ਕੇ 6 ਵਜੇ ਤੱਕ ਔਰ ਵੀਰਵਾਰ 10 ਵਜੇ ਤੋਂ ਲੈ ਕੇ 6 ਵਜੇ ਤੱਕ ਤੁਸੀਂ ਮੈਨੂੰ ਕੁਰਕਸ਼ੇਤਰ ਆਫਿਸ ਵਿੱਚ ਮਿਲ ਸਕਦੇ ਹੋ ਪਰਸਨਲੀ, ਜੇ ਮੈਨੂੰ ਮਿਲਣਾ ਚਾਹੁੰਦੇ ਹੋ। ਅਦਰਵਾਈਜ਼ ਟੀਮ ਉੱਥੇ ਅਵੇਲੇਬਲ ਹੈਗੀ ਹੈ, 6 ਦੇ 6 ਦਿਨ ਤੁਸੀਂ ਕਿਸੇ ਦਿਨ ਵੀ ਜਾ ਕੇ ਟੀਮ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਕਾਫੀ ਬੱਚੇ ਜਿਹੜੇ ਹੁੰਦੇ ਨੇ ਕਿ ਜਿਹੜੇ ਹੁੰਦਾ ਕਿ ਸਾਨੂੰ ਪਤਾ ਨਹੀਂ ਲੱਗਿਆ ਕਿ ਸਰ ਨੇ ਆਉਣਾ ਜੀ, ਸੋ ਇਹ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਟੀਵੀ ਸ਼ੋਜ਼ ਦੇ ਵਿੱਚ ਵੀ ਪ੍ਰੋਪਰ ਇਨਫੋਰਮੇਸ਼ਨ ਦੇ ਰਹੇ ਹਾਂ, ਨਾਲ ਦੀ ਸਾਡਾ ਫੇਸਬੁੱਕ ਪੇਜ ਜ਼ਰੂਰ ਫੋਲੋ ਕਰੋ, ਉਹਦੇ ਅਸੀਂ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ ਕਿ ਕਿਹੜੇ ਦਿਨ ਸਾਡੇ ਅਸੀਂ ਕਿਹੜੇ ਆਫਿਸ ਹੈਗੇ ਹਾਂ, ਸੋ ਤੁਸੀਂ ਮਿਲਣ ਤੋਂ ਪਹਿਲਾਂ ਇੱਕ ਵਾਰੀ ਫੇਸਬੁੱਕ ਪੇਜ 'ਤੇ ਜਾ ਕੇ ਚੈੱਕ ਕਰ ਲਿਆ ਕਰੋ, ਔਰ ਨੰਬਰ ਦਿੱਤਾ ਹੋਇਆ ਨੀਚੇ ਸਕਰੋਲ ਵੀ ਚੱਲ ਰਿਹਾ ਫੇਸਬੁੱਕ 'ਤੇ ਵੀ ਹੈ, 7696210210, ਯਾਨੀ ਕਿ 7696210210, ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਅਪੋਇੰਟਮੈਂਟ ਬੁੱਕ ਕਰਾ ਕੇ ਜ਼ਰੂਰ ਆਇਆ ਕਰੋ, ਕਿਉਂਕਿ ਮੋਸਟਲੀ ਕੀ ਹੁੰਦਾ ਕਿ ਬੁੱਧ ਵੀਰਵਾਰ 2 ਕੁ ਦਿਨ ਹੁੰਦੇ ਆ ਹਫ਼ਤੇ, ਜਦੋਂ ਆਪਾਂ ਹਰਿਆਣਾ ਬ੍ਰਾਂਚ ਦੇਖਦੇ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਰਸ਼ ਆ ਉਹ ਪੈਣਾ ਸ਼ੁਰੂ ਹੋ ਜਾਂਦਾ ਕਿ ਸਵੇਰੇ ਸਵੇਰੇ ਕਾਫੀ ਸਟੂਡੈਂਟ ਸ਼ੁਰੂ ਹੁੰਦੇ ਕਿ ਅਸੀਂ ਸਵੇਰੇ ਜਾ ਕੇ ਜਲਦੀ ਵਾਪਸ ਆ ਜਾਵਾਂਗੇ, ਹੁੰਦਾ ਕਿ ਸਟੂਡੈਂਟ 10 ਇਕੱਠੇ ਹੋ ਜਾਂਦੇ ਆ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਦੇਰੀ ਹੋ ਜਾਂਦੀ ਹੈ ਮਿਲਣ ਦੇ ਵਿੱਚ, ਕਿਉਂਕਿ ਹਰੇਕ ਸਟੂਡੈਂਟ ਨੂੰ ਮਿਲਣ ਦਾ ਟਾਈਮ ਵੀ ਨਹੀਂ ਕਈ ਵਾਰ ਦਿੱਤਾ ਜਾਂਦਾ, 20 ਤੋਂ 30 ਮਿੰਟ ਲੱਗ ਜਾਂਦੇ ਆ, 40 ਮਿੰਟ ਲੱਗ ਜਾਂਦੇ ਆ, ਸੋ ਜਿਹੜਾ ਵੀ ਸਟੂਡੈਂਟ ਆਉਣਾ ਚਾਹੁੰਦਾ ਕੁਰਕਸ਼ੇਤਰ, ਉਹ ਪਹਿਲਾਂ ਅਪੋਇੰਟਮੈਂਟ ਜ਼ਰੂਰ ਬੁੱਕ ਕਰਿਆ ਕਰੋ ਤਾਂ ਕਿ ਤੁਹਾਨੂੰ ਵੇਟ ਨਾ ਕਰਨੀ ਪਏ। ਜੀ ਸ਼ੁਕਰੀਆ, ਧੰਨਵਾਦ ਸਰ ਸ਼ੋਅ ਦੇ ਵਿੱਚ ਆਉਣ ਦਾ। ਸੋ ਕੁਰਕਸ਼ੇਤਰ ਆਫਿਸ ਦੇ ਜੇਕਰ ਐਡਰੈਸ ਦੀ ਗੱਲ ਕਰਾਂ ਤਾਂ ਸੈਕਟਰ 10 ਦੇ ਵਿੱਚ ਜਿਹੜਾ ਆਫਿਸ ਹੈ, SCO 239, ਅਤੇ ਜੇਕਰ ਤੁਸੀਂ ਮੋਹਾਲੀ ਆਉਣਾ ਚਾਹੁੰਦੇ ਹੋ ਤਾਂ ਸੈਕਟਰ 70 ਦੇ ਵਿੱਚ ਜਿਹੜਾ ਆਫਿਸ ਹੈ ਐਜੂਕੇਸ਼ਨ ਅਬਰੋਡ ਕੰਸਲਟੈਂਟ ਦਾ, ਉੱਥੇ ਆ ਕੇ ਤੁਸੀਂ ਆਪਣੇ ਜਿਹੜੇ ਓਰੀਜਨਲ ਡਾਕੂਮੈਂਟ ਸਮੇਤ ਵਿਜ਼ਿਟ ਕਰਕੇ ਅਸੈਸਮੈਂਟ ਕਰਾ ਸਕਦੇ ਹੋ। ਹਰ ਤਰ੍ਹਾਂ ਦੀ ਜਾਣਕਾਰੀ ਫ੍ਰੀ ਆਫ ਕੋਸਟ ਤੁਹਾਨੂੰ ਦਿੱਤੀ ਜਾਏਗੀ, ਸਹੀ ਤਰੀਕੇ ਦੇ ਨਾਲ ਦੱਸਿਆ ਜਾਏਗਾ ਕਿ ਵੀਜ਼ਾ ਆ ਸਕਦਾ ਜਾਂ ਨਹੀਂ ਆ ਸਕਦਾ ਜਾਂ ਕਿਵੇਂ ਆ ਸਕਦਾ ਨਾ। ਸੋ ਇਹ ਸਾਰੀ ਚੀਜ਼ਾਂ ਤੁਸੀਂ ਖੁਦ ਵੀ ਕੋਸ਼ਿਸ਼ ਕਰਿਆ ਕਰੋ ਰਿਸਰਚ ਕਰਨ ਦੀ, ਜੋ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਉਹਨਾਂ ਨੂੰ ਗੂਗਲ ਦੇ ਉੱਤੇ ਸਰਚ ਕਰੋ, ਉਹਨਾਂ ਨੂੰ ਵੈਰੀਫਾਈ ਕਰੋ, ਕ੍ਰੋਸ ਚੈੱਕ ਕਰੋ, ਉਸ ਤੋਂ ਬਾਅਦ ਹੀ ਅਪਲਾਈ ਕਰੋ। ਸੋ ਫਿਰ ਕਿਸੇ ਦਿਨ ਜਤਿੰਦਰ ਜੀ ਨੂੰ ਸੱਦਾ ਦੇਵਾਂਗੇ, ਹੋਰ ਵੀ ਜਿਹੜੇ ਕਾਫੀ ਚੀਜ਼ਾਂ ਜਿਹੜੀਆਂ ਕਲੀਅਰ ਕਰਨੀਆਂ ਰਹਿ ਗਈਆਂ ਉਹਨਾਂ ਬਾਰੇ ਗੱਲਬਾਤ ਕਰਾਂਗੇ। ਸੋ ਨੰਬਰ ਦਿਖਾਇਆ ਜਾ ਰਿਹਾ, ਤੁਸੀਂ ਕਿਸੇ ਵੇਲੇ ਕਾਲ ਕਰ ਸਕਦੇ ਹੋ। ਫਿਲਹਾਲ ਦੇ ਲਈ ਮੈਨੂੰ ਦਿਓ ਆਗਿਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਲਵੀ ਆ, ਮੈਂ ਨੂਰਮਹਿਲ ਤੋਂ ਬਿਲੋਂਗ ਕਰਦੀ ਹਾਂ। ਮੈਂ 2016 ਵਿੱਚ ਆਪਣੀ ਪਲੱਸ ਟੂ ਪਾਸ ਆਊਟ ਕੀਤੀ ਸੀ, ਉਸ ਤੋਂ ਬਾਅਦ ਮੇਰਾ 4 ਸਾਲ ਦਾ ਗੈਪ ਸੀ। ਫਿਰ ਅਸੀਂ ਐਜੂਕੇਸ਼ਨ ਅਬਰੋਡ ਕੰਸਲਟੈਂਟ ਮੋਹਾਲੀ ਵਿੱਚ ਆਏ ਅਤੇ ਮੈਂ ਆਪਣੀ ਫਾਈਲ ਅਪਲਾਈ ਕੀਤੀ। ਯੂਨੀਵਰਸਿਟੀ ਨੇ ਮੈਨੂੰ 3000 ਦੀ ਸਕਾਲਰਸ਼ਿਪ ਦਿੱਤੀ ਅਤੇ ਮੇਰਾ ਵੀਜ਼ਾ 7 ਦਿਨਾਂ ਦੇ ਵਿੱਚ ਆ ਚੁੱਕਾ ਹੈ। ਮੈਂ ਸਪੈਸ਼ਲ ਥੈਂਕਸ ਕਰਦੀ ਹਾਂ ਨਵਨੀਤ ਮੈਮ, ਜਤਿੰਦਰ ਸਰ ਅਤੇ ਡਿੰਪਲ ਮੈਮ ਦਾ, ਔਰ ਸਾਰਾ ਸਟਾਫ ਬਹੁਤ ਹੀ ਕੋਆਪਰੇਟਿਵ ਆ ਅਤੇ ਮੈਂ ਸਾਰਿਆਂ ਨੂੰ ਰੈਕਮੈਂਡ ਕਰਦੀ ਹਾਂ ਇੱਥੇ ਆਓ ਤਾਂ ਆਪਣਾ ਵੀਜ਼ਾ ਲੈ ਕੇ ਜਾਓ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰਭਸ਼ਨ ਸਿੰਘ ਹੈ, ਮੈਂ ਡਿਸਟ੍ਰਿਕਟ ਰੋਪੜ ਤੋਂ ਬਿਲੋਂਗ ਕਰਦਾ ਹਾਂ। ਮੈਂ ਆਪਣੀ ਪਲੱਸ ਟੂ 2011 ਵਿੱਚ ਕੰਪਲੀਟ ਕੀਤੀ ਸੀ, ਜੋ ਕਿ ਮੇਰੇ 55% ਸੀਗੇ। ਆਫਟਰ ਦੈਟ ਮੈਂ ਗ੍ਰੈਜੂਏਸ਼ਨ ਕੀਤੀ 2015 'ਚ, ਮੇਰੀ ਸੈਕਿੰਡ ਡਿਵੀਜ਼ਨ ਸੀ। ਮੇਰਾ 5 ਸਾਲ ਦਾ ਗੈਪ ਸੀ। ਮੈਂ ਆਪਣੀ ਫਾਈਲ ਐਜੂਕੇਸ਼ਨ ਅਬਰੋਡ ਕੰਸਲਟੈਂਟ ਮੋਹਾਲੀ ਤੋਂ ਲਗਵਾਈ। ਸੋ ਮੇਰਾ ਅੱਜ September 2020 ਇਨਟੇਕ ਦਾ UK ਦਾ ਵੀਜ਼ਾ ਆ ਚੁੱਕਿਆ। ਸੋ ਮੈਂ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਪ੍ਰਵੀਨ ਹੈ। ਮੈਂ ਐਜੂਕੇਸ਼ਨ ਅਬਰੋਡ ਕੰਸਲਟੈਂਟ ਕੁਰਕਸ਼ੇਤਰਾ ਤੋਂ ਆਪਣਾ ਵੀਜ਼ਾ ਅਪਲਾਈ ਕਰਵਾਇਆ ਸੀ। ਅੱਜ ਮੈਂ ਮੇਰਾ ਵੀਜ਼ਾ 7 ਦਿਨਾਂ ਦੇ